ਇਹਦੇ ਜਿਹੜੇ ਮੋٹے ਜਿਹੇ ਮੈਥਡ ਆ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਇਹਦੇ ਬਹੁਤ ਸਾਰੇ ਤਰੀਕੇ ਜਿਹੜਾ ਅਸੀਂ ਨਕਲੀ ਤੇ ਅਸਲੀ ਸ਼ਹਿਦ ਦੀ ਪਰਖ ਜਿਹੜੀ ਕਰ ਸਕਦੇ ਆ ਪਹਿਲੀ ਗੱਲ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲਓ ਕੱਚ ਦੇ ਗਲਾਸ ਦੇ ਵਿੱਚ ਪਾਣੀ ਭਰ ਲਓ ਚਮਚੇ ਦੀ ਪਿਛਲੀ ਡੰਡੀ ਤੇ ਥੋੜੀ ਜੀ ਬੂੰਦ ਸ਼ਹਿਦ ਦੀ ਚੜਾ ਲਓ ਜੇਕਰ ਤਾਂ ਤੁਹਾਡਾ ਸ਼ਹਿਦ ਆ ਅਸਲੀ ਤਾਂ ਹਲਕੀ ਜੀ ਤਾਰ ਬਣਾਉਂਦਾ ਤਾਂਬੇ ਦੀ ਤਾਰ ਬਣਾਉਂਦਾ ਮੰਨ ਲਓ ਗਰਮੀ ਦੇ ਮਹੀਨੇ ਦੇ ਵਿੱਚ ਗੋਲ ਕੁੰਡਲ ਮਾਰਦਾ ਤੇ ਸਰਦੀ ਦੇ ਵਿੱਚ ਇਸ ਤਰ੍ਹਾਂ ਤੈ ਮਾਰਦਾ ਥੱਲੇ ਬੈਠ ਜੂਗਾ ਜਿਹੜਾ ਮੰਨ ਲਓ ਤੁਸੀਂ ਸ਼ਹਿਦ ਨੂੰ ਉਹ ਪਾਣੀ ਨੂੰ ਪੰਜ ਤੋਂ 10 ਜਾਂ 15 ਮਿੰਟ ਪਿਆ ਰਹਿਣ ਦਿਓ ਜੇਕਰ ਤਾਂ ਸ਼ਹਿਦ ਦਾ ਜਿਹੜਾ ਟੇਸਟ ਹੈ ਉਹ ਸੇਮ ਰਹਿੰਦਾ ਫੇਰ ਤਾਂ ਇਹ ਮੰਨ ਲਓ ਵੀ ਤੁਹਾਡਾ ਸ਼ਹਿਦ ਆ ਜਿਹੜਾ ਮੰਨ ਲਓ ਸਹੀ ਹੈ ਜੇ ਪਾਣੀ ਦਾ ਟੇਸਟ ਸੇਮ ਰਹਿੰਦਾ ਜੇ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਪਾਣੀ ਨੂੰ ਮਿੱਠਾ ਕਰ ਦਿੰਦਾ ਤਾਂ ਉਹ ਤੁਹਾਡਾ ਸ਼ਹਿਦ ਨਕਲੀ ਹੈ ਇਹਦਾ ਹੋਰ ਬਥੇਰੇ ਤਰੀਕੇ ਆ ਇੱਕ ਮਾਚਸ ਦੀ ਤਿਲੀ ਲੈ ਲਓ ਉਹਨੂੰ ਕਿਸੇ ਪਾਣੀ ਦੇ ਗਲਾਸ ਵਿੱਚ ਇਸ ਤਰ੍ਹਾਂ ਦੋ ਵਾਰੀ ਡਿਪ ਕਰੋ ਭਿਓ ਤੇ ਉਹਨੂੰ ਅੱਗ ਲਾ ਦਿਓ ਉਹ ਨਹੀਂ ਜਗੂਗੀ ਸ਼ਹਿਦ ਦੇ ਵਿੱਚ ਉਹਨੂੰ 15 ਤੋਂ 20 ਵਾਰੀ ਡਿਪ ਕਰੋ ਇਸ ਤਰ੍ਹਾਂ ਉਹਨੂੰ ਤੀਲੀ ਲੈ ਕੇ ਸ਼ਹਿਦ ਦੇ ਵਿੱਚ ਪਾਓ ਤੇ ਉਹਨੂੰ ਫਿਰ ਜਗਾਓ ਜੇ ਤੁਸੀਂ ਮੰਨ ਲਓ ਤੁਹਾਡੀ ਤੀਲੀ ਆ ਜਿਹੜੀ ਹੂ ਹੂ ਜਗਦੀ ਹੈ ਤੇ ਸ਼ਹਿਦ ਪਾਸੇ ਡਿੱਗ ਪੈਂਦਾ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਸ਼ਹਿਦ ਪਿਓਰ ਆ ਇਹਦੇ ਹੋਰ ਬਥੇਰੇ ਤਰੀਕੇ ਆ ਤੁਸੀਂ ਪੇਪਰ ਤੇ ਮੰਨ ਲਓ ਕਾਗਜ਼ ਲੈ ਲਓ ਉਹਦੇ ਉੱਤੇ ਸ਼ਹਿਦ ਇਸ ਤਰ੍ਹਾਂ ਲੇਪ ਕਰੋ ਜੇ ਤਾਂ ਤੁਹਾਡਾ ਕਾਗਜ਼ ਆ ਥੱਲੋਂ ਗਿੱਲਾ ਹੋ ਜਾਂਦਾ ਤਾਂ ਤੁਹਾਡਾ ਸ਼ਹਿਦ ਦਾ ਡੁਪਲੀਕੇਟ ਜੇਕਰ ਸ਼ਹਿਦ ਉਹਦੇ ਉੱਤੇ ਟਿਕਿਆ ਰਹਿੰਦਾ ਤੇ ਕਾਗਜ਼ ਦੂਜੇ ਪਾਸੇ ਸੁੱਕਾ ਰਹਿੰਦਾ ਤਾਂ ਇਹਦਾ ਮਤਲਬ ਆ ਤੁਹਾਡਾ ਸ਼ਹਿਦ ਅਸਲੀ ਹੈ ਇਹਦੇ ਹੋਰ ਬਹੁਤ ਸਾਰੇ ਤਰੀਕੇ ਆ ਜਿਨ੍ਹਾਂ ਨਾਲ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹ ਦੇਖੋ ਵੀ ਸ਼ਹਿਦ ਲੈ ਲਿਆ ਤੁਸੀਂ ਸ਼ਹਿਦ ਤੁਹਾਡਾ ਮੰਨ ਲਓ ਅਸੀਂ ਕਿਸੇ ਮੰਨ ਲਓ ਪ੍ਰੋਫੈਸ਼ਨਲ ਬੰਦੇ ਤੋਂ ਸ਼ਹਿਦ ਖਰੀਦ ਲਿਆ ਜਾਂ ਕਿਸੇ ਮੱਖੀਆਂ ਵਾਲੇ ਤੋਂ ਸ਼ਹਿਦ ਖਰੀਦ ਲਿਆ ਸ਼ਹਿਦ ਜੰਮਣ ਨੂੰ ਕਦੇ ਉਹਦਾ ਨਕਲੀ ਸ਼ਹਿਦ ਨਹੀਂ ਗਿਣਨਾ ਜੰਮਣਾ ਸ਼ਹਿਦ ਦਾ ਇੱਕ ਕੁਦਰਤੀ ਗੁਣਾ ਹੈ ਸ਼ਹਿਦ ਜੰਮ ਸਕਦਾ ਹੈ ਪਰ ਜਾਂ ਤਾਂ ਤੁਹਾਡਾ ਸ਼ਹਿਦ ਹੈ ਜਿਹੜਾ ਪੂਰੇ ਦਾ ਪੂਰਾ ਜੰਮ ਜੇ ਤਾਂ ਉਹ ਤੁਹਾਡਾ ਸ਼ਾਇਦ ਸਹੀ ਆ ਜਦੋਂ ਸ਼ਹਿਦ ਦੇ ਵਿੱਚ ਧਾਰਾਆਂ ਬਣ ਜਾਂਦੀਆਂ ਥੋੜਾ ਜਿਹਾ ਜੰਮ ਜਾਂਦਾ ਥੋੜਾ ਜਿਹਾ ਰਹਿ ਜਾਂਦਾ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਅਡਲਟਰੇਸ਼ਨ ਹੈਗੀ ਆ ਠੀਕ ਆ ਮੰਨ ਲਓ ਹੋਰ ਵੀ ਬਥੇਰੇ ਤਰੀਕੇ ਜਿਸ ਨਾਲ ਅਸੀਂ ਸ਼ਹਿਦ ਨੂੰ ਕੱਪੜੇ ਤੇ ਡੋਲ ਕੇ ਚਿੱਟਾ ਕੱਪੜਾ ਲੈ ਲਓ ਉਹਨੂੰ ਸ਼ਹਿਦ ਦੇ ਵਿੱਚ ਡਬੋ ਦਿਓ ਬਾਅਦ ਚ ਪਾਣੀ ਨਾਲ ਧੋ ਜੇ ਤਾਂ ਉਹਦੇ ਵਿੱਚ ਕੋਈ ਖੰਡ ਜਾਂ ਕੋਈ ਮਿਕਸਿੰਗ ਹੋਈ ਤਾਂ ਉਸ ਚੀਜ਼ ਦਾ ਦਾਗ ਹੈ ਜਿਹੜਾ ਉਹ ਕੱਪੜੇ ਤੇ ਆਊਗਾ ਜੇਕਰ ਤੁਹਾਡਾ ਸ਼ਹਿਦ ਹੈ ਜਿਹੜਾ ਸੁੱਧਾ ਹੈ ਤਾਂ ਉਹ ਕੱਪੜੇ ਨੂੰ ਜਦੋਂ ਧੋਵੋਗੇ ਤਾਂ ਬਿਲਕੁਲ ਸਾਫ਼ ਹੋ ਜਾਊਗਾ ਉਹ ਮੰਨ ਲਓ ਉਹਦੇ ਤੇ ਕੋਈ ਦਾਗ ਨਹੀਂ ਪਊਗਾ ਇਹ ਸ਼ੁੱਧਤਾ ਦੀ ਨਿਸ਼ਾਨੀ ਹੋਊਗੀ ਸ਼ਹਿਦ ਦੀ ਇਹਦੇ ਜਿਹੜੇ ਮੋٹے ਜਿਹੇ ਮੈਥਡ ਆ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਇਹਦੇ ਬਹੁਤ ਸਾਰੇ ਤਰੀਕੇ ਜਿਹੜਾ ਅਸੀਂ ਨਕਲੀ ਤੇ ਅਸਲੀ ਸ਼ਹਿਦ ਦੀ ਪਰਖ ਜਿਹੜੀ ਕਰ ਸਕਦੇ ਆ ਪਹਿਲੀ ਗੱਲ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲਓ ਕੰਚ ਦੇ ਗਲਾਸ ਦੇ ਵਿੱਚ ਪਾਣੀ ਭਰ ਲਓ ਚਮਚੇ ਦੀ ਪਿਛਲੀ ਡੰਡੀ ਤੇ ਥੋੜੀ ਜੀ ਬੂੰਦ ਸ਼ਹਿਦ ਦੀ ਚੜਾ ਲਓ ਜੇਕਰ ਤਾਂ ਤੁਹਾਡਾ ਸ਼ਹਿਦ ਆ ਅਸਲੀ ਤਾਂ ਹਲਕੀ ਜੀ ਤਾਰ ਬਣਾਉਂਦਾ ਤਾਂਬੇ ਦੀ ਤਾਰ ਬਣਾਉਂਦਾ ਮੰਨ ਲਓ ਗਰਮੀ ਦੇ ਮਹੀਨੇ ਦੇ ਵਿੱਚ ਗੋਲ ਕੁੰਡਲ ਮਾਰਦਾ ਤੇ ਸਰਦੀ ਦੇ ਵਿੱਚ ਇਸ ਤਰ੍ਹਾਂ ਤਾਂ ਮਾਰਦਾ ਥੱਲੇ ਬੈਠ ਜੂਗਾ ਜਿਹੜਾ ਮੰਨ ਲਓ ਤੁਸੀਂ ਸ਼ਹਿਦ ਨੂੰ ਉਹ ਪਾਣੀ ਨੂੰ 5 ਤੋਂ 10 ਜਾਂ 15 ਮਿੰਟ ਪਿਆ ਰਹਿਣ ਦਿਓ ਜੇਕਰ ਤਾਂ ਸ਼ਹਿਦ ਦਾ ਜਿਹੜਾ ਟੇਸਟ ਹੈ ਉਹ ਸੇਮ ਰਹਿੰਦਾ ਫੇਰ ਤਾਂ ਇਹ ਮੰਨ ਲਓ ਵੀ ਤੁਹਾਡਾ ਸ਼ਹਿਦ ਆ ਜਿਹੜਾ ਮੰਨ ਲਓ ਸਹੀ ਹੈ ਜੇ ਪਾਣੀ ਦਾ ਟੇਸਟ ਸੇਮ ਰਹਿੰਦਾ ਜੇ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਪਾਣੀ ਨੂੰ ਮਿੱਠਾ ਕਰ ਦਿੰਦਾ ਤਾਂ ਉਹ ਤੁਹਾਡਾ ਸ਼ਹਿਦ ਨਕਲੀ ਹੈ ਇਹਦਾ ਹੋਰ ਬਥੇਰੇ ਤਰੀਕੇ ਆ ਇੱਕ ਮਾਚਸ ਦੀ ਤਿਲੀ ਲੈ ਲਓ ਉਹਨੂੰ ਕਿਸੇ ਪਾਣੀ ਦੇ ਗਲਾਸ ਵਿੱਚ ਇਸ ਤਰ੍ਹਾਂ ਦੋ ਵਾਰੀ ਡਿਪ ਕਰੋ ਭਿਓ ਤੇ ਉਹਨੂੰ ਅੱਗ ਲਾ ਦਿਓ ਉਹ ਨਹੀਂ ਜਗੂਗੀ ਸ਼ਹਿਦ ਦੇ ਵਿੱਚ ਉਹਨੂੰ 15 ਤੋਂ 20 ਵਾਰੀ ਡਿਪ ਕਰੋ ਇਸ ਤਰ੍ਹਾਂ ਉਹਨੂੰ ਸਤੀਲੀ ਲੈ ਕੇ ਸ਼ਹਿਦ ਦੇ ਵਿੱਚ ਪਾਓ ਤੇ ਉਹਨੂੰ ਫਿਰ ਜਗਾਓ ਜੇ ਤੁਸੀਂ ਮੰਨ ਲਓ ਤੁਹਾਡੀ ਸਤੀਲੀ ਹੈ ਜਿਹੜੀ ਹੂਬ ਹੂ ਜਗਦੀ ਹੈ ਤੇ ਸ਼ਹਿਦ ਪਾਸੇ ਡਿੱਗ ਪੈਂਦਾ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਸ਼ਹਿਦ ਪਿਓਰ ਆ ਇਹਦੇ ਹੋਰ ਬਥੇਰੇ ਤਰੀਕੇ ਆ ਤੁਸੀਂ ਪੇਪਰ ਤੇ ਮੰਨ ਲਓ ਕਾਗਜ਼ ਲੈ ਲਓ ਉਹਦੇ ਉੱਤੇ ਸ਼ਹਿਦ ਇਸ ਤਰ੍ਹਾਂ ਲੇਪ ਕਰੋ ਜੇ ਤਾਂ ਤੁਹਾਡਾ ਕਾਗਜ਼ ਆ ਥੱਲੋਂ ਗਿੱਲਾ ਹੋ ਜਾਂਦਾ ਤਾਂ ਤੁਹਾਡਾ ਸ਼ਹਿਦ ਦਾ ਡੁਪਲੀਕੇਟ ਜੇਕਰ ਸ਼ਹਿਦ ਉਹਦੇ ਉੱਤੇ ਟਿਕਿਆ ਰਹਿੰਦਾ ਤੇ ਕਾਗਜ਼ ਦੂਜੇ ਪਾਸੇ ਸੁੱਕਾ ਰਹਿੰਦਾ ਤਾਂ ਇਹਦਾ ਮਤਲਬ ਹੈ ਤੁਹਾਡਾ ਸ਼ਹਿਦ ਅਸਲੀ ਹੈ ਇਹਦੇ ਹੋਰ ਬਹੁਤ ਸਾਰੇ ਤਰੀਕੇ ਆ ਜਿਨ੍ਹਾਂ ਨਾਲ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹ ਦੇਖੋ ਵੀ ਸ਼ਹਿਦ ਲੈ ਲਿਆ ਤੁਸੀਂ ਸ਼ਹਿਦ ਤੁਹਾਡਾ ਮੰਨ ਲਓ ਅਸੀਂ ਕਿਸੇ ਮੰਨ ਲਓ ਪ੍ਰੋਫੈਸ਼ਨਲ ਬੰਦੇ ਤੋਂ ਸ਼ਹਿਦ ਖਰੀਦ ਲਿਆ ਜਾਂ ਕਿਸੇ ਮੱਖੀਆਂ ਵਾਲੇ ਤੋਂ ਸ਼ਹਿਦ ਖਰੀਦ ਲਿਆ ਸ਼ਹਿਦ ਜੰਮਣ ਨੂੰ ਕਦੇ ਉਹਦਾ ਨਕਲੀ ਸ਼ਹਿਦ ਨਹੀਂ ਗਿਣਨਾ ਜੰਮਣਾ ਸ਼ਹਿਦ ਦਾ ਇੱਕ ਕੁਦਰਤੀ ਗੁਣਾ ਹੈ ਸ਼हद ਜੰਮ ਸਕਦਾ ਹੈ ਪਰ ਜਾਂ ਤਾਂ ਤੁਹਾਡਾ ਸ਼ਹਿਦ ਹੈ ਜਿਹੜਾ ਪੂਰੇ ਦਾ ਪੂਰਾ ਜੰਮ ਜੇ ਤਾਂ ਉਹ ਤੁਹਾਡਾ ਸ਼ਹਿਦ ਸਹੀ ਹੈ ਜਦੋਂ ਸ਼ਹਿਦ ਦੇ ਵਿੱਚ ਧਾਰਾਆਂ ਹੀ ਬਣ ਜਾਂਦੀਆਂ ਥੋੜਾ ਜਿਹਾ ਜੰਮ ਜਾਂਦਾ ਥੋੜਾ ਜਿਹਾ ਰਹਿ ਜਾਂਦਾ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਅਡਲਟਰੇਸ਼ਨ ਹੈਗੀ ਹੈ ਠੀਕ ਹੈ ਮੰਨ ਲਓ ਹੋਰ ਵੀ ਬਥੇਰੇ ਤਰੀਕੇ ਜਿਸ ਨਾਲ ਅਸੀਂ ਸ਼ਹਿਦ ਨੂੰ ਕੱਪੜੇ ਤੇ ਡੋਲ ਕੇ ਚਿੱਟਾ ਕੱਪੜਾ ਲੈ ਲਓ ਉਹਨੂੰ ਸ਼ਹਿਦ ਦੇ ਵਿੱਚ ਡਬੋ ਦਿਓ ਬਾਅਦ ਚ ਪਾਣੀ ਨਾਲ ਧੋ ਜੇ ਤਾਂ ਉਹਦੇ ਤੇ ਕੋਈ ਖੰਡ ਜਾਂ ਕੋਈ ਮਿਕਸਿੰਗ ਹੋਈ ਤਾਂ ਉਸ ਚੀਜ਼ ਦਾ ਦਾਗ ਹੈ ਜਿਹੜਾ ਉਹ ਕੱਪੜੇ ਤੇ ਆਊਗਾ ਜੇਕਰ ਤੁਹਾਡਾ ਸ਼ਹਿਦ ਹੈ ਜਿਹੜਾ ਸੁੱਧ ਹੈ ਤਾਂ ਉਹ ਕੱਪੜੇ ਨੂੰ ਜਦੋਂ ਧੋਵੋਗੇ ਤਾਂ ਬਿਲਕੁਲ ਸਾਫ਼ ਹੋ ਜਾਊਗਾ ਉਹ ਮੰਨ ਲਓ ਉਹਦੇ ਤੇ ਕੋਈ ਦਾਗ ਨਹੀਂ ਪਊਗਾ ਇਹ ਸ਼ੁੱਧਤਾ ਦੀ ਨਿਸ਼ਾਨੀ ਹੋਊਗੀ ਸ਼ਹਿਦ ਦੀ ਇਹਦੇ ਜਿਹੜੇ ਮੋਟੇ ਜਿਹੇ ਮੈਥਡ ਆ ਉਹ ਤੁਹਾਨੂੰ ਦੱਸ ਦਿੰਨੇ ਆ ਵੀ ਇਹਦੇ ਬਹੁਤ ਸਾਰੇ ਤਰੀਕੇ ਜਿਹੜਾ ਅਸੀਂ ਨਕਲੀ ਤੇ ਅਸਲੀ ਸ਼ਹਿਦ ਦੀ ਪਰਖ ਜਿਹੜੀ ਕਰ ਸਕਦੇ ਆ ਪਹਿਲੀ ਗੱਲ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲਓ ਕੰਚ ਦੇ ਗਲਾਸ ਦੇ ਵਿੱਚ ਪਾਣੀ ਭਰ ਲਓ ਚਮਚੇ ਦੀ ਪਿਛਲੀ ਡੰਡੀ ਤੇ ਥੋੜੀ ਜੀ ਬੂੰਦ ਸ਼ਹਿਦ ਦੀ ਚੜਾ ਲਓ ਜੇਕਰ ਤਾਂ ਤੁਹਾਡਾ ਸ਼ਹਿਦ ਆਸਲੀ ਤੋ ਹਲਕੀ ਜੀ ਤਾਰ ਬਣਾਉਂਦਾ ਤਾਂਬੇ ਦੀ ਤਾਰ ਬਣਾਉਂਦਾ ਮੰਨ ਲਓ ਗਰਮੀ ਦੇ ਮਹੀਨੇ ਦੇ ਵਿੱਚ ਗੋਲ ਕੁੰਡਲ ਮਾਰਦਾ ਤੇ ਸਰਦੀ ਦੇ ਵਿੱਚ ਇਸ ਤਰ੍ਹਾਂ ਤੈ ਮਾਰਦਾ ਥੱਲੇ ਬੈਠ ਜੂਗਾ ਜਿਹੜਾ ਮੰਨ ਲਓ ਤੁਸੀਂ ਸ਼ਹਿਦ ਨੂੰ ਉਹ ਪਾਣੀ ਨੂੰ 5 ਤੋਂ 10 ਜਾਂ 15 ਮਿੰਟ ਪਿਆ ਰਹਿਣ ਦਿਓ ਜੇਕਰ ਤਾਂ ਸ਼ਹਿਦ ਦਾ ਜਿਹੜਾ ਟੇਸਟ ਹੈ ਉਹ ਸੇਮ ਰਹਿੰਦਾ ਫੇਰ ਤਾਂ ਇਹ ਮੰਨ ਲਓ ਵੀ ਤੁਹਾਡਾ ਸ਼ਹਿਦ ਆ ਜਿਹੜਾ ਮੰਨ ਲਓ ਸਹੀ ਹੈ ਜੇ ਪਾਣੀ ਦਾ ਟੇਸਟ ਸੇਮ ਰਹਿੰਦਾ ਜੇ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਪਾਣੀ ਨੂੰ ਮਿੱਠਾ ਕਰ ਦਿੰਦਾ ਤਾਂ ਉਹ ਤੁਹਾਡਾ ਸ਼ਹਿਦ ਨਕਲੀ ਹੈ ਇਹਦਾ ਹੋਰ ਬਥੇਰੇ ਤਰੀਕੇ ਆ ਇੱਕ ਮਾਚਸ ਦੀ ਤੀਲੀ ਲੈ ਲਓ ਉਹਨੂੰ ਕਿਸੇ ਪਾਣੀ ਦੇ ਗਲਾਸ ਵਿੱਚ ਇਸ ਤਰ੍ਹਾਂ ਦੋ ਵਾਰੀ ਡਿਪ ਕਰੋ ਭਿਓ ਤੇ ਉਹਨੂੰ ਅੱਗ ਲਾ ਦਿਓ ਉਹ ਨਹੀਂ ਜਗੂਗੀ ਸ਼ਹਿਦ ਦੇ ਵਿੱਚ ਉਹਨੂੰ 15 ਤੋਂ 20 ਵਾਰੀ ਡਿਪ ਕਰੋ ਇਸ ਤਰ੍ਹਾਂ ਉਹਨੂੰ ਤੀਲੀ ਲੈ ਕੇ ਸ਼ਹਿਦ ਦੇ ਵਿੱਚ ਪਾਓ ਤੇ ਉਹਨੂੰ ਫਿਰ ਜਗਾਓ ਜੇ ਤੁਸੀਂ ਮੰਨ ਲਓ ਤੁਹਾਡੀ ਤੀਲੀ ਹੈ ਜਿਹੜੀ ਹੂ ਹੂ ਜਗਦੀ ਹੈ ਤੇ ਸ਼ਹਿਦ ਪਾਸੇ ਡਿੱਗ ਪੈਂਦਾ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਸ਼ਹਿਦ ਪ्योर ਆ ਇਹਦੇ ਹੋਰ ਬਥੇਰੇ ਤਰੀਕੇ ਆ ਤੁਸੀਂ ਪੇਪਰ ਤੇ ਮੰਨ ਲਓ ਕਾਗਜ਼ ਲੈ ਲਓ ਉਹਦੇ ਉੱਤੇ ਸ਼ਹਿਦ ਇਸ ਤਰ੍ਹਾਂ ਲੇਪ ਕਰੋ ਜੇ ਤਾਂ ਤੁਹਾਡਾ ਕਾਗਜ਼ ਆ ਥੱਲੋਂ ਗਿੱਲਾ ਹੋ ਜਾਂਦਾ ਤਾਂ ਤੁਹਾਡਾ ਸ਼ਹਿਦ ਦਾ ਡੁਪਲੀਕੇਟ ਜੇਕਰ ਸ਼ਹਿਦ ਉਹਦੇ ਉੱਤੇ ਟਿਕਿਆ ਰਹਿੰਦਾ ਤੇ ਕਾਗਜ਼ ਦੂਜੇ ਪਾਸੇ ਸੁੱਕਾ ਰਹਿੰਦਾ ਤਾਂ ਇਹਦਾ ਮਤਲਬ ਆ ਤੁਹਾਡਾ ਸ਼ਹਿਦ ਅਸਲੀ ਆ ਇਹਦੇ ਹੋਰ ਬਹੁਤ ਸਾਰੇ ਤਰੀਕੇ ਆ ਜਿਨ੍ਹਾਂ ਨਾਲ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹ ਦੇਖੋ ਵੀ ਸ਼ਹਿਦ ਲੈ ਲਿਆ ਤੁਸੀਂ ਸ਼ਹਿਦ ਤੁਹਾਡਾ ਮੰਨ ਲਓ ਅਸੀਂ ਕਿਸੇ ਮੰ ਲੋ ਪ੍ਰੋਫੈਸ਼ਨਲ ਬੰਦੇ ਤੋਂ ਸ਼ਹਿਦ ਖਰੀਦ ਲਿਆ ਜਾਂ ਕਿਸੇ ਮੱਖੀਆਂ ਵਾਲੇ ਤੋਂ ਸ਼ਹਿਦ ਜੰਮਣ ਨੂੰ ਕਦੇ ਉਹਦਾ ਨਕਲੀ ਸ਼ਹਿਦ ਨਹੀਂ ਗਿਣਨਾ ਜੰਮਣਾ ਸ਼ਹਿਦ ਦਾ ਇੱਕ ਕੁਦਰਤੀ ਗੁਣਾ ਹੈ ਸ਼ਹਿਦ ਜੰਮ ਸਕਦਾ ਹੈ ਪਰ ਜਾਂ ਤਾਂ ਤੁਹਾਡਾ ਸ਼ਹਿਦ ਹੈ ਜਿਹੜਾ ਪੂਰੇ ਦਾ ਪੂਰਾ ਜੰਮ ਜੇ ਤਾਂ ਉਹ ਤੁਹਾਡਾ ਸ਼ਹਿਦ ਸਹੀ ਹੈ ਜਦੋਂ ਸ਼ਹਿਦ ਦੇ ਵਿੱਚ ਧਾਰਾਆਂ ਹੀ ਬਣ ਜਾਂਦੀਆਂ ਥੋੜਾ ਜਿਹਾ ਜੰਮ ਜਾਂਦਾ ਥੋੜਾ ਜਿਹਾ ਰਹਿ ਜਾਂਦਾ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਅਡਲਟਰੇਸ਼ਨ ਹੈਗੀ ਹੈ ਠੀਕ ਹੈ ਮਨ ਲਓ ਹੋਰ ਵੀ ਬਥੇਰੇ ਤਰੀਕੇ ਜਿਸ ਨਾਲ ਅਸੀਂ ਸ਼ਹਿਦ ਨੂੰ ਕੱਪੜੇ ਤੇ ਡੋਲ ਕੇ ਚਿੱਟਾ ਕੱਪੜਾ ਲੈ ਲਓ ਉਹਨੂੰ ਸ਼ਹਿਦ ਦੇ ਵਿੱਚ ਡਬੋ ਦਿਓ ਬਾਅਦ ਚ ਪਾਣੀ ਨਾਲ ਧੋ ਜੇ ਤਾਂ ਉਹਦੇ ਤੇ ਕੋਈ ਖੰਡ ਜਾਂ ਕੋਈ ਮੈਕਸਿੰਗ ਹੋਈ ਤਾਂ ਉਸ ਚੀਜ਼ ਦਾ ਦਾਗ ਹੈ ਜਿਹੜਾ ਉਹ ਕੱਪੜੇ ਤੇ ਆਊਗਾ ਜੇਕਰ ਤੁਹਾਡਾ ਸ਼ਹਿਦ ਹੈ ਜਿਹੜਾ ਸੁੱਧਾ ਹੈ ਤਾਂ ਉਹ ਕੱਪੜੇ ਨੂੰ ਜਦੋਂ ਧੋਵੋਗੇ ਤਾਂ ਬਿਲਕੁਲ ਸਾਫ਼ ਹੋ ਜਾਊਗਾ ਉਹ ਮਨ ਲਓ ਉਹਦੇ ਤੇ ਕੋਈ ਦਾਗ ਨਹੀਂ ਪਊਗਾ ਇਹ ਸ਼ੁੱਧਤਾ ਦੀ ਨਿਸ਼ਾਨੀ ਹੋਊਗੀ ਸ਼ਹਿਦ ਦੀ ਜੀ ਇਹਦੇ ਜਿਹੜੇ ਮੋٹے ਜਿਹੇ ਮੈਥਡ ਆ ਉਹ ਤੁਹਾਨੂੰ ਦੱਸ ਦਿੰਨੇ ਆ ਇਹਦੇ ਬਹੁਤ ਸਾਰੇ ਤਰੀਕੇ ਜਿਹੜਾ ਅਸੀਂ ਨਕਲੀ ਤੇ ਅਸਲੀ ਸ਼ਹਿਦ ਦੀ ਪਰਖ ਜਿਹੜੀ ਕਰ ਸਕਦੇ ਆ ਪਹਿਲੀ ਗੱਲ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲਓ ਕੱਚ ਦੇ ਗਲਾਸ ਦੇ ਵਿੱਚ ਪਾਣੀ ਭਰ ਲਓ ਚਮਚੇ ਦੀ ਪਿਛਲੀ ਡੰਡੀ ਤੇ ਥੋੜੀ ਜੀ ਬੂੰਦ ਸ਼ਹਿਦ ਦੀ ਚੜਾ ਲਓ ਜੇਕਰ ਤਾਂ ਤੁਹਾਡਾ ਸ਼ਹਿਦ ਆ ਅਸਲੀ ਤਾਂ ਹਲਕੀ ਜੀ ਤਾਰ ਬਣਾਉਂਦਾ ਤਾਂਬੇ ਦੀ ਤਾਰ ਬਣਾਉਂਦਾ ਮੰਨ ਲਓ ਗਰਮੀ ਦੇ ਮਹੀਨੇ ਦੇ ਵਿੱਚ ਗੋਲ ਕੁੰਡਲ ਮਾਰਦਾ ਤੇ ਸਰਦੀ ਦੇ ਵਿੱਚ ਇਸ ਤਰ੍ਹਾਂ ਤੈ ਮਾਰਦਾ ਥੱਲੇ ਬੈਠ ਜੂਗਾ ਜਿਹੜਾ ਮੰਨ ਲਓ ਤੁਸੀਂ ਸ਼ਹਿਦ ਨੂੰ ਉਹ ਪਾਣੀ ਨੂੰ 5 ਤੋਂ 10 ਜਾਂ 15 ਮਿੰਟ ਪਿਆ ਰਹਿਣ ਦਿਓ ਜੇਕਰ ਤਾਂ ਸ਼ਹਿਦ ਦਾ ਜਿਹੜਾ ਟੇਸਟ ਹੈ ਉਹ ਸੇਮ ਰਹਿੰਦਾ ਫੇਰ ਤਾਂ ਇਹ ਮੰਨ ਲਓ ਵੀ ਤੁਹਾਡਾ ਸ਼ਹਿਦ ਹੈ ਜਿਹੜਾ ਮੰਨ ਲਓ ਸਹੀ ਹੈ ਜੇ ਪਾਣੀ ਦਾ ਟੇਸਟ ਸੇਮ ਰਹਿੰਦਾ ਜੇ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਪਾਣੀ ਨੂੰ ਮਿੱਠਾ ਕਰ ਦਿੰਦਾ ਤਾਂ ਉਹ ਤੁਹਾਡਾ ਸ਼ਹਿਦ ਨਕਲੀ ਹੈ ਇਹਦਾ ਹੋਰ ਬਥੇਰੇ ਤਰੀਕੇ ਆ ਇੱਕ ਮਾਚਸ ਦੀ ਤੀਲੀ ਲੈ ਲਓ ਉਹਨੂੰ ਕਿਸੇ ਪਾਣੀ ਦੇ ਗਲਾਸ ਵਿੱਚ ਇਸ ਤਰ੍ਹਾਂ ਦੋ ਵਾਰੀ ਡਿਪ ਕਰੋ ਭਿਓ ਤੇ ਉਹਨੂੰ ਅੱਗ ਲਾ ਦਿਓ ਉਹ ਨਹੀਂ ਜਗੂਗੀ ਸ਼ਹਿਦ ਦੇ ਵਿੱਚ ਉਹਨੂੰ 15 ਤੋਂ 20 ਵਾਰੀ ਡਿਪ ਕਰੋ ਇਸ ਤਰ੍ਹਾਂ ਉਹਨੂੰ ਸਤੀਲੀ ਲੈ ਕੇ ਸ਼ਹਿਦ ਦੇ ਵਿੱਚ ਪਾਓ ਤੇ ਉਹਨੂੰ ਫਿਰ ਜਗਾਓ ਜੇ ਤੁਸੀਂ ਮੰਨ ਲਓ ਤੁਹਾਡੀ ਸਤੀਲੀ ਜਿਹੜੀ ਹੂ ਬੂ ਜਗਦੀ ਹੈ ਤੇ ਸ਼ਹਿਦ ਪਾਸੇ ਡਿੱਗ ਪੈਂਦਾ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਸ਼ਹਿਦ ਪਿਓਰ ਆ ਇਹਦੇ ਹੋਰ ਬਥੇਰੇ ਤਰੀਕੇ ਆ ਤੁਸੀਂ ਪੇਪਰ ਤੇ ਮੰਨ ਲਓ ਕਾਗਜ਼ ਲੈ ਲਓ ਉਹਦੇ ਉੱਤੇ ਸ਼ਹਿਦ ਇਸ ਤਰ੍ਹਾਂ ਲੇਪ ਕਰੋ ਜੇ ਤਾਂ ਤੁਹਾਡਾ ਕਾਗਜ਼ ਹੱਥੋਂ ਗਿੱਲਾ ਹੋ ਜਾਂਦਾ ਤਾਂ ਤੁਹਾਡਾ ਸ਼ਹਿਦ ਦਾ ਡੁਪਲੀਕੇਟ ਜੇਕਰ ਸ਼ਹਿਦ ਉਹਦੇ ਉੱਤੇ ਟਿਕਿਆ ਰਹਿੰਦਾ ਤੇ ਕਾਗਜ਼ ਦੂਜੇ ਪਾਸੇ ਸੁੱਕਾ ਰਹਿੰਦਾ ਤਾਂ ਇਹਦਾ ਮਤਲਬ ਆ ਤੁਹਾਡਾ ਸ਼ਹਿਦ ਅਸਲੀ ਆ ਇਹਦੇ ਹੋਰ ਬਹੁਤ ਸਾਰੇ ਤਰੀਕੇ ਆ ਜਿਨ੍ਹਾਂ ਨਾਲ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹ ਦੇਖੋ ਵੀ ਸ਼ਹਿਦ ਲੈ ਲਿਆ ਤੁਸੀਂ ਸ਼ਹਿਦ ਤੁਹਾਡਾ ਮੰਨ ਲਓ ਅਸੀਂ ਕਿਸੇ ਮੰਨ ਲਓ ਪ੍ਰੋਫੈਸ਼ਨਲ ਬੰਦੇ ਤੋਂ ਸ਼ਹਿਦ ਖਰੀਦ ਲਿਆ ਜਾਂ ਕਿਸੇ ਮੱਖੀਆਂ ਵਾਲੇ ਤੋਂ ਸ਼ਹਿਦ ਖਰੀਦ ਲਿਆ ਸ਼ਹਿਦ ਜੰਮਣ ਨੂੰ ਕਦੇ ਉਹਦਾ ਨਕਲੀ ਸ਼ਹਿਦ ਨਹੀਂ ਗਿਣਨਾ ਜੰਮਣਾ ਸ਼ਹਿਦ ਦਾ ਇੱਕ ਕੁਦਰਤੀ ਗੁਣਾ ਹੈ ਸ਼ਹਿਦ ਜੰਮ ਸਕਦਾ ਹੈ ਪਰ ਜਾਂ ਤਾਂ ਤੁਹਾਡਾ ਸ਼ਹਿਦ ਹੈ ਜਿਹੜਾ ਪੂਰੇ ਦਾ ਪੂਰਾ ਜੰਮ ਜੇ ਤਾਂ ਉਹ ਤੁਹਾਡਾ ਸ਼ਹਿਦ ਸਹੀ ਹੈ ਜਦੋਂ ਸ਼ਹਿਦ ਦੇ ਵਿੱਚ ਧਾਰਾਆਂ ਹੀ ਬਣ ਜਾਂਦੀਆਂ ਥੋੜਾ ਜਿਹਾ ਜੰਮ ਜਾਂਦਾ ਥੋੜਾ ਜਿਹਾ ਰਹਿ ਜਾਂਦਾ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਅਡਲਟਰੇਸ਼ਨ ਹੈਗੀ ਹੈ ਠੀਕ ਹੈ ਮੰਨ ਲਓ ਹੋਰ ਵੀ ਬਥੇਰੇ ਤਰੀਕੇ ਜਿਸ ਨਾਲ ਅਸੀਂ ਸ਼ਹਿਦ ਨੂੰ ਕੱਪੜੇ ਤੇ ਡੋਲ ਕੇ ਚਿੱਟਾ ਕੱਪੜਾ ਲੈ ਲਓ ਉਹਨੂੰ ਸ਼ਹਿਦ ਦੇ ਵਿੱਚ ਡਬੋ ਦਿਓ ਬਾਅਦ ਵਿੱਚ ਪਾਣੀ ਨਾਲ ਧੋ ਜੇ ਤਾਂ ਉਹਦੇ ਵਿੱਚ ਕੋਈ ਖੰਡ ਜਾਂ ਕੋਈ ਮਿਕਸਿੰਗ ਹੋਈ ਤਾਂ ਉਸ ਚੀਜ਼ ਦਾ ਦਾਗ ਹੈ ਜਿਹੜਾ ਉਹ ਕੱਪੜੇ ਤੇ ਆਊਗਾ ਜੇਕਰ ਤੁਹਾਡਾ ਸ਼ਹਿਦ ਹੈ ਜਿਹੜਾ ਸੁੱਧਾ ਹੈ ਤਾਂ ਉਹ ਕੱਪੜੇ ਨੂੰ ਜਦੋਂ ਧੋਵੋਗੇ ਤਾਂ ਬਿਲਕੁਲ ਸਾਫ਼ ਹੋ ਜਾਊਗਾ ਉਹ ਮੰਨ ਲਓ ਉਹਦੇ ਤੇ ਕੋਈ ਦਾਗ ਨਹੀਂ ਪਊਗਾ ਇਹ ਸ਼ੁੱਧਤਾ ਦੀ ਨਿਸ਼ਾਨੀ ਹੋਊਗੀ ਸ਼ਹਿਦ ਦੀ ਇਹਦੇ ਜਿਹੜੇ ਮੋٹے ਜਿਹੇ ਮੈਥਡ ਆ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਇਹਦੇ ਬਹੁਤ ਸਾਰੇ ਤਰੀਕੇ ਜਿਹੜਾ ਅਸੀਂ ਨਕਲੀ ਤੇ ਅਸਲੀ ਸ਼ਹਿਦ ਦੀ ਪਰਖ ਜਿਹੜੀ ਕਰ ਸਕਦੇ ਆ ਪਹਿਲੀ ਗੱਲ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲਓ ਕੰਚ ਦੇ ਗਲਾਸ ਦੇ ਵਿੱਚ ਪਾਣੀ ਭਰ ਲਓ ਚਮਚੇ ਦੀ ਪਿਛਲੀ ਡੰਡੀ ਤੇ ਥੋੜੀ ਜੀ ਬੂੰਦ ਸ਼ਹਿਦ ਦੀ ਚੜਾ ਲਓ ਜੇਕਰ ਤਾਂ ਤੁਹਾਡਾ ਸ਼ਹਿਦ ਆ ਅਸਲੀ ਤਾਂ ਹਲਕੀ ਜੀ ਤਾਰ ਬਣਾਉਂਦਾ ਤਾਂਬੇ ਦੀ ਤਾਰ ਬਣਾਉਂਦਾ ਮੰਨ ਲਓ ਗਰਮੀ ਦੇ ਮਹੀਨੇ ਦੇ ਵਿੱਚ ਗੋਲ ਕੁੰਡਲ ਮਾਰਦਾ ਤੇ ਸਰਦੀ ਦੇ ਵਿੱਚ ਇਸ ਤਰ੍ਹਾਂ ਤੈ ਮਾਰਦਾ ਥੱਲੇ ਬੈਠ ਜੂਗਾ ਜਿਹੜਾ ਮੰਨ ਲਓ ਤੁਸੀਂ ਸ਼ਹਿਦ ਨੂੰ ਉਹ ਪਾਣੀ ਨੂੰ 5 ਤੋਂ 10 ਜਾਂ 15 ਮਿੰਟ ਪਿਆ ਰਹਿਣ ਦਿਓ ਜੇਕਰ ਤਾਂ ਸ਼ਹਿਦ ਦਾ ਜਿਹੜਾ ਟੇਸਟ ਹੈ ਉਹ ਸੇਮ ਰਹਿੰਦਾ ਫੇਰ ਤਾਂ ਇਹ ਮੰਨ ਲਓ ਵੀ ਤੁਹਾਡਾ ਸ਼ਹਿਦ ਆ ਜਿਹੜਾ ਮੰਨ ਲਓ ਸਹੀ ਹੈ ਜੇ ਪਾਣੀ ਦਾ ਟੇਸਟ ਸੇਮ ਰਹਿੰਦਾ ਜੇ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਪਾਣੀ ਨੂੰ ਮਿੱਠਾ ਕਰ ਦਿੰਦਾ ਤਾਂ ਉਹ ਤੁਹਾਡਾ ਸ਼ਹਿਦ ਨਕਲੀ ਹੈ ਇਹਦਾ ਹੋਰ ਬਥੇਰੇ ਤਰੀਕੇ ਆ ਇੱਕ ਮਾਚਸ ਦੀ ਤੀਲੀ ਲਾ ਲਓ ਉਹਨੂੰ ਕਿਸੇ ਪਾਣੀ ਦੇ ਗਲਾਸ ਵਿੱਚ ਇਸ ਤਰ੍ਹਾਂ ਦੋ ਵਾਰੀ ਡਿਪ ਕਰੋ ਭਿਓ ਤੇ ਉਹਨੂੰ ਅੱਗ ਲਾ ਦਿਓ ਉਹ ਨਹੀਂ ਜਗੂਗੀ ਸ਼ਹਿਦ ਦੇ ਵਿੱਚ ਉਹਨੂੰ 15 ਤੋਂ 20 ਵਾਰੀ ਡਿਪ ਕਰੋ ਇਸ ਤਰ੍ਹਾਂ ਉਹਨੂੰ ਤੀਲੀ ਲੈ ਕੇ ਸ਼ਹਿਦ ਦੇ ਵਿੱਚ ਪਾਓ ਤੇ ਉਹਨੂੰ ਫਿਰ ਜਗਾਓ ਜੇ ਤੁਸੀਂ ਮੰਨ ਲਓ ਤੁਹਾਡੀ ਤੀਲੀ ਹੈ ਜਿਹੜੀ ਹੂ ਹੂ ਜਗਦੀ ਹੈ ਤੇ ਸ਼ਹਿਦ ਪਾਸੇ ਡਿੱਗ ਪੈਂਦਾ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਸ਼ਹਿਦ ਪਿਓਰ ਆ ਇਹਦੇ ਹੋਰ ਬਥੇਰੇ ਤਰੀਕੇ ਆ ਤੁਸੀਂ ਪੇਪਰ ਤੇ ਮੰਨ ਲਓ ਕਾਗਜ਼ ਲੈ ਲਓ ਉਹਦੇ ਉੱਤੇ ਸ਼ਹਿਦ ਇਸ ਤਰ੍ਹਾਂ ਲੇਪ ਕਰੋ ਜੇ ਤਾਂ ਤੁਹਾਡਾ ਕਾਗਜ਼ ਥੱਲੋਂ ਗਿੱਲਾ ਹੋ ਜਾਂਦਾ ਤਾਂ ਤੁਹਾਡਾ ਸ਼ਹਿਦ ਦਾ ਡੁਪਲੀਕੇਟ ਜੇਕਰ ਸ਼ਹਿਦ ਉਹਦੇ ਉੱਤੇ ਟਿਕਿਆ ਰਹਿੰਦਾ ਤੇ ਕਾਗਜ਼ ਦੂਜੇ ਪਾਸੇ ਸੁੱਕਾ ਰਹਿੰਦਾ ਤਾਂ ਇਹਦਾ ਮਤਲਬ ਹੈ ਤੁਹਾਡਾ ਸ਼ਹਿਦ ਅਸਲੀ ਹੈ ਇਹਦੇ ਹੋਰ ਬਹੁਤ ਸਾਰੇ ਤਰੀਕੇ ਆ ਜਿਨ੍ਹਾਂ ਨਾਲ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹ ਦੇਖੋ ਵੀ ਸ਼ਹਿਦ ਲੈ ਲਿਆ ਤੁਸੀਂ ਸ਼ਹਿਦ ਤੁਹਾਡਾ ਮੰਨ ਲਓ ਅਸੀਂ ਕਿਸੇ ਮੰਨ ਲਓ ਪ੍ਰੋਫੈਸ਼ਨਲ ਬੰਦੇ ਤੋਂ ਸ਼ਹਿਦ ਖਰੀਦ ਲਿਆ ਜਾਂ ਕਿਸੇ ਮੱਖੀਆਂ ਵਾਲੇ ਤੋਂ ਸ਼ਹਿਦ ਖਰੀਦ ਲਿਆ ਸ਼ਹਿਦ ਜੰਮਣ ਨੂੰ ਕਦੇ ਉਹਦਾ ਨਕਲੀ ਸ਼ਹਿਦ ਨਹੀਂ ਗਿਣਨਾ ਜੰਮਣਾ ਸ਼ਹਿਦ ਦਾ ਇੱਕ ਕੁਦਰਤੀ ਗੁਣਾ ਹੈ ਸ਼हद ਜੰਮ ਸਕਦਾ ਹੈ ਪਰ ਜਾਂ ਤਾਂ ਤੁਹਾਡਾ ਸ਼ਹਿਦ ਹੈ ਜਿਹੜਾ ਪੂਰੇ ਦਾ ਪੂਰਾ ਜੰਮ ਜੇ ਤਾਂ ਉਹ ਤੁਹਾਡਾ ਸ਼ਹਿਦ ਸਹੀ ਹੈ ਜਦੋਂ ਸ਼ਹਿਦ ਦੇ ਵਿੱਚ ਧਾਰਾਆਂ ਹੀ ਬਣ ਜਾਂਦੀਆਂ ਥੋੜਾ ਜਿਹਾ ਜੰਮ ਜਾਂਦਾ ਥੋੜਾ ਜਿਹਾ ਰਹਿ ਜਾਂਦਾ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਅਡਲਟਰੇਸ਼ਨ ਹੈਗੀ ਹੈ ਠੀਕ ਹੈ ਮੰਨ ਲਓ ਹੋਰ ਵੀ ਬਥੇਰੇ ਤਰੀਕੇ ਜਿਸ ਨਾਲ ਅਸੀਂ ਸ਼ਹਿਦ ਨੂੰ ਕੱਪੜੇ ਤੇ ਡੋਲ ਕੇ ਚਿੱਟਾ ਕੱਪੜਾ ਲੈ ਲਓ ਉਹਨੂੰ ਸ਼ਹਿਦ ਦੇ ਵਿੱਚ ਡਬੋ ਦਿਓ ਬਾਅਦ ਚ ਪਾਣੀ ਨਾਲ ਧੋ ਜੇ ਤਾਂ ਉਹਦੇ ਤੇ ਕੋਈ ਖੰਡ ਜਾਂ ਕੋਈ ਮਿਕਸਿੰਗ ਹੋਈ ਤਾਂ ਉਸ ਚੀਜ਼ ਦਾ ਦਾਗ ਹੈ ਜਿਹੜਾ ਉਹ ਕੱਪੜੇ ਤੇ ਆਊਗਾ ਜੇਕਰ ਤੁਹਾਡਾ ਸ਼ਹਿਦ ਹੈ ਜਿਹੜਾ ਸੁੱਧ ਹੈ ਤਾਂ ਉਹ ਕੱਪੜੇ ਨੂੰ ਜਦੋਂ ਧੋਵੋਗੇ ਤਾਂ ਬਿਲਕੁਲ ਸਾਫ਼ ਹੋ ਜਾਊਗਾ ਉਹ ਮੰਨ ਲੋ ਉਹਦੇ ਤੇ ਕੋਈ ਦਾਗ ਨਹੀਂ ਪਊਗਾ ਇਹ ਸ਼ੁੱਧਤਾ ਦੀ ਨਿਸ਼ਾਨੀ ਹੋਊਗੀ ਸ਼ਹਿਦ ਦੀ ਜੀ ਇਹਦੇ ਜਿਹੜੇ ਮੋਟੇ ਜਿਹੇ ਮੈਥਡ ਆ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਇਹਦੇ ਬਹੁਤ ਸਾਰੇ ਤਰੀਕੇ ਜਿਹੜਾ ਅਸੀਂ ਨਕਲੀ ਤੇ ਅਸਲੀ ਸ਼ਹਿਦ ਦੀ ਪਰਖ ਜਿਹੜੀ ਕਰ ਸਕਦੇ ਆ ਪਹਿਲੀ ਗੱਲ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲਓ ਕੱਚ ਦੇ ਗਲਾਸ ਦੇ ਵਿੱਚ ਪਾਣੀ ਭਰ ਲਓ ਚਮਚੇ ਦੀ ਪਿਛਲੀ ਡੰਡੀ ਤੇ ਥੋੜੀ ਜੀ ਬੂੰਦ ਸ਼ਹਿਦ ਦੀ ਚੜਾ ਲਓ ਜੇਕਰ ਤਾਂ ਤੁਹਾਡਾ ਸ਼ਹਿਦ ਆ ਅਸਲੀ ਤਾਂ ਹਲਕੀ ਜੀ ਤਾਰ ਬਣਾਉਂਦਾ ਤਾਂਬੇ ਦੀ ਤਾਰ ਬਣਾਉਂਦਾ ਮੰਨ ਲਓ ਗਰਮੀ ਦੇ ਮਹੀਨੇ ਦੇ ਵਿੱਚ ਗੋਲ ਕੁੰਡਲ ਮਾਰਦਾ ਤੇ ਸਰਦੀ ਦੇ ਵਿੱਚ ਇਸ ਤਰ੍ਹਾਂ ਤੈ ਮਾਰਦਾ ਥੱਲੇ ਬੈਠ ਜੂਗਾ ਜਿਹੜਾ ਮੰਨ ਲਓ ਤੁਸੀਂ ਸ਼ਹਿਦ ਨੂੰ ਉਹ ਪਾਣੀ ਨੂੰ 5 ਤੋਂ 10 ਜਾਂ 15 ਮਿੰਟ ਪਿਆ ਰਹਿਣ ਦਿਓ ਜੇਕਰ ਤਾਂ ਸ਼ਹਿਦ ਦਾ ਜਿਹੜਾ ਟੇਸਟ ਹੈ ਉਹ ਸੇਮ ਰਹਿੰਦਾ ਫਿਰ ਤਾਂ ਇਹ ਮੰਨ ਲਓ ਵੀ ਤੁਹਾਡਾ ਸ਼ਹਿਦ ਆ ਜਿਹੜਾ ਮੰਨ ਲਓ ਸਹੀ ਹੈ ਜੇ ਪਾਣੀ ਦਾ ਟੇਸਟ ਸੇਮ ਰਹਿੰਦਾ ਜੇ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਪਾਣੀ ਨੂੰ ਮਿੱਠਾ ਕਰ ਦਿੰਦਾ ਤਾਂ ਉਹ ਤੁਹਾਡਾ ਸ਼ਹਿਦ ਨਕਲੀ ਹੈ ਇਹਦਾ ਹੋਰ ਬਥੇਰੇ ਤਰੀਕੇ ਆ ਇੱਕ ਮਾਚਸ ਦੀ ਤੀਲੀ ਲੈ ਲਓ ਉਹਨੂੰ ਕਿਸੇ ਪਾਣੀ ਦੇ ਗਲਾਸ ਵਿੱਚ ਇਸ ਤਰ੍ਹਾਂ ਦੋ ਵਾਰੀ ਡਿਪ ਕਰੋ ਭਿਓ ਤੇ ਉਹਨੂੰ ਅੱਗ ਲਾ ਦਿਓ ਉਹ ਨਹੀਂ ਜਗੂਗੀ ਸ਼ਹਿਦ ਦੇ ਵਿੱਚ ਉਹਨੂੰ 15 ਤੋਂ 20 ਵਾਰੀ ਡਿਪ ਕਰੋ ਇਸ ਤਰ੍ਹਾਂ ਉਹਨੂੰ ਤੀਲੀ ਲੈ ਕੇ ਸ਼ਹਿਦ ਦੇ ਵਿੱਚ ਪਾਓ ਤੇ ਉਹਨੂੰ ਫਿਰ ਜਗਾਓ ਜੇ ਤੁਸੀਂ ਮੰਨ ਲਓ ਤੁਹਾਡੀ ਤੀਲੀ ਹੈ ਜਿਹੜੀ ਹੂ ਹੂ ਜਗਦੀ ਹੈ ਤੇ ਸ਼ਹਿਦ ਪਾਸੇ ਡਿੱਗ ਪੈਂਦਾ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਸ਼ਹਿਦ ਪ्योर ਆ ਇਹਦੇ ਹੋਰ ਬਥੇਰੇ ਤਰੀਕੇ ਆ ਤੁਸੀਂ ਪੇਪਰ ਤੇ ਮੰਲੋ ਕਾਗਜ਼ ਲੈ ਲਓ ਉਹਦੇ ਉੱਤੇ ਸ਼ਹਿਦ ਇਸ ਤਰ੍ਹਾਂ ਲੇਪ ਕਰੋ ਜੇ ਤਾਂ ਤੁਹਾਡਾ ਕਾਗਜ਼ ਆ ਥੱਲੋਂ ਗਿੱਲਾ ਹੋ ਜਾਂਦਾ ਤਾਂ ਤੁਹਾਡਾ ਸ਼ਹਿਦ ਦਾ ਡੁਪਲੀਕੇਟ ਜੇਕਰ ਸ਼ਹਿਦ ਉਹਦੇ ਉੱਤੇ ਟਿਕਿਆ ਰਹਿੰਦਾ ਤੇ ਕਾਗਜ਼ ਦੂਜੇ ਪਾਸੇ ਸੁੱਕਾ ਰਹਿੰਦਾ ਤਾਂ ਇਹਦਾ ਮਤਲਬ ਹੈ ਤੁਹਾਡਾ ਸ਼ਹਿਦ ਅਸਲੀ ਹੈ ਇਹਦੇ ਹੋਰ ਬਹੁਤ ਸਾਰੇ ਤਰੀਕੇ ਆ ਜਿਨ੍ਹਾਂ ਨਾਲ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹ ਦੇਖੋ ਵੀ ਸ਼ਹਿਦ ਲੈ ਲਿਆ ਤੁਸੀਂ ਸ਼ਹਿਦ ਤੁਹਾਡਾ ਮੰਨ ਲਓ ਅਸੀਂ ਕਿਸੇ ਮੰਨ ਲਓ ਪ੍ਰੋਫੈਸ਼ਨਲ ਬੰਦੇ ਤੋਂ ਸ਼ਹਿਦ ਖਰੀਦ ਲਿਆ ਜਾਂ ਕਿਸੇ ਮੱਖੀਆਂ ਵਾਲੇ ਤੋਂ ਸ਼ਹਿਦ ਖਰੀਦ ਲਿਆ ਸ਼ਹਿਦ ਜੰਮਣ ਨੂੰ ਕਦੇ ਉਹਦਾ ਨਕਲੀ ਸ਼ਹਿਦ ਨਹੀਂ ਗਿਣਨਾ ਜੰਮਣਾ ਸ਼ਹਿਦ ਦਾ ਇੱਕ ਕੁਦਰਤੀ ਗੁਣਾ ਹੈ ਸ਼ਹਿਦ ਜੰਮ ਸਕਦਾ ਹੈ ਪਰ ਜਾਂ ਤਾਂ ਤੁਹਾਡਾ ਸ਼ਹਿਦ ਹੈ ਜਿਹੜਾ ਪੂਰੇ ਦਾ ਪੂਰਾ ਜੰਮ ਜੇ ਤਾਂ ਉਹ ਤੁਹਾਡਾ ਸ਼ਹਿਦ ਸਹੀ ਹੈ ਜਦੋਂ ਸ਼ਹਿਦ ਦੇ ਵਿੱਚ ਧਾਰਾਆਂ ਹੀ ਬਣ ਜਾਂਦੀਆਂ ਥੋੜਾ ਜੰਮ ਜਾਂਦਾ ਥੋੜਾ ਜਿਹਾ ਰਹਿ ਜਾਂਦਾ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਅਡਲਟਰੇਸ਼ਨ ਹੈਗੀ ਹੈ ਠੀਕ ਹੈ ਮਨ ਲਓ ਹੋਰ ਵੀ ਬਥੇਰੇ ਤਰੀਕੇ ਜਿਸ ਨਾਲ ਅਸੀਂ ਸ਼ਹਿਦ ਨੂੰ ਕੱਪੜੇ ਤੇ ਡੋਲ ਕੇ ਚਿੱਟਾ ਕੱਪੜਾ ਲੈ ਲਓ ਉਹਨੂੰ ਸ਼ਹਿਦ ਦੇ ਵਿੱਚ ਡਬੋ ਦਿਓ ਬਾਅਦ ਚ ਪਾਣੀ ਨਾਲ ਧੋ ਜੇ ਤਾਂ ਉਹਦੇ ਤੇ ਕੋਈ ਖੰਡ ਜਾਂ ਕੋਈ ਮਿਕਸਿੰਗ ਹੋਈ ਤਾਂ ਉਸ ਚੀਜ਼ ਦਾ ਦਾਗ ਹੈ ਜਿਹੜਾ ਉਹ ਕੱਪੜੇ ਤੇ ਆਊਗਾ ਜੇਕਰ ਤੁਹਾਡਾ ਸ਼ਹਿਦ ਹੈ ਜਿਹੜਾ ਸੁੱਧਾ ਹੈ ਤਾਂ ਉਹ ਕੱਪੜੇ ਨੂੰ ਜਦੋਂ ਧੋਵੋਗੇ ਤਾਂ ਬਿਲਕੁਲ ਸਾਫ਼ ਹੋ ਜਾਊਗਾ ਉਹ ਮਨ ਲਓ ਉਹਦੇ ਤੇ ਕੋਈ ਦਾਗ ਨਹੀਂ ਪਊਗਾ ਇਹ ਸ਼ੁੱਧਤਾ ਦੀ ਨਿਸ਼ਾਨੀ ਹੋਊਗੀ ਸ਼ਹਿਦ ਦੀ ਇਹਦੇ ਜਿਹੜੇ ਮੋٹے ਜਿਹੇ ਮੈਥਡ ਆ ਉਹ ਤੁਹਾਨੂੰ ਦੱਸ ਦਿੰਨੇ ਆ ਪੀ ਇਹਦੇ ਬਹੁਤ ਸਾਰੇ ਤਰੀਕੇ ਜਿਹੜਾ ਅਸੀਂ ਨਕਲੀ ਤੇ ਅਸਲੀ ਸ਼ਹਿਦ ਦੀ ਪਰਖ ਜਿਹੜੀ ਕਰ ਸਕਦੇ ਆ ਪਹਿਲੀ ਗੱਲ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲਓ ਕੰਚ ਦੇ ਗਲਾਸ ਦੇ ਵਿੱਚ ਪਾਣੀ ਭਰ ਲਓ ਚਮਚੇ ਦੀ ਪਿਛਲੀ ਡੰਡੀ ਤੇ ਥੋੜੀ ਜੀ ਬੂੰਦ ਸ਼ਹਿਦ ਦੀ ਚੜਾ ਲਓ ਜੇਕਰ ਤਾਂ ਤੁਹਾਡਾ ਸ਼ਹਿਦ ਆ ਅਸਲੀ ਤਾਂ ਹਲਕੀ ਜੀ ਤਾਰ ਬਣਾਉਂਦਾ ਤਾਂਬੇ ਦੀ ਤਾਰ ਬਣਾਉਂਦਾ ਮੰਨ ਲਓ ਗਰਮੀ ਦੇ ਮਹੀਨੇ ਦੇ ਵਿੱਚ ਗੋਲ ਕੁੰਡਲ ਮਾਰਦਾ ਤੇ ਸਰਦੀ ਦੇ ਵਿੱਚ ਇਸ ਤਰ੍ਹਾਂ ਤੈ ਮਾਰਦਾ ਥੱਲੇ ਬੈਠ ਜੂਗਾ ਜਿਹੜਾ ਮੰਨ ਲਓ ਤੁਸੀਂ ਸ਼ਹਿਦ ਨੂੰ ਉਹ ਪਾਣੀ ਨੂੰ 5 ਤੋਂ 10 ਜਾਂ 15 ਮਿੰਟ ਪਿਆ ਰਹਿਣ ਦਿਓ ਜੇਕਰ ਤਾਂ ਸ਼ਹਿਦ ਦਾ ਜਿਹੜਾ ਟੇਸਟ ਹੈ ਉਹ ਸੇਮ ਰਹਿੰਦਾ ਫੇਰ ਤਾਂ ਇਹ ਮੰਨ ਲਓ ਵੀ ਤੁਹਾਡਾ ਸ਼ਹਿਦ ਹੈ ਜਿਹੜਾ ਮੰਨ ਲਓ ਸਹੀ ਹੈ ਜੇ ਪਾਣੀ ਦਾ ਟੇਸਟ ਸੇਮ ਰਹਿੰਦਾ ਜੇ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਪਾਣੀ ਨੂੰ ਮਿੱਠਾ ਕਰ ਦਿੰਦਾ ਤਾਂ ਉਹ ਤੁਹਾਡਾ ਸ਼ਹਿਦ ਨਕਲੀ ਹੈ ਇਹਦਾ ਹੋਰ ਬਥੇਰੇ ਤਰੀਕੇ ਆ ਇੱਕ ਮਾਚਸ ਦੀ ਤਿਲੀ ਲੈ ਲਓ ਉਹਨੂੰ ਕਿਸੇ ਪਾਣੀ ਦੇ ਗਲਾਸ ਵਿੱਚ ਇਸ ਤਰ੍ਹਾਂ ਦੋ ਵਾਰੀ ਡਿਪ ਕਰੋ ਭਿਓ ਤੇ ਉਹਨੂੰ ਅੱਗ ਲਾ ਦਿਓ ਉਹ ਨਹੀਂ ਜਗੂਗੀ ਸ਼ਹਿਦ ਦੇ ਵਿੱਚ ਉਹਨੂੰ 15 ਤੋਂ 20 ਵਾਰੀ ਡਿਪ ਕਰੋ ਇਸ ਤਰ੍ਹਾਂ ਉਹਨੂੰ ਸਤੀਲੀ ਲੈ ਕੇ ਸ਼ਹਿਦ ਦੇ ਵਿੱਚ ਪਾਓ ਤੇ ਉਹਨੂੰ ਫਿਰ ਜਗਾਓ ਜੇ ਤੁਸੀਂ ਮੰਨ ਲਓ ਤੁਹਾਡੀ ਸਤੀਲੀ ਜਿਹੜੀ ਹੂ ਹੂ ਜਗਦੀ ਹੈ ਤੇ ਸ਼ਹਿਦ ਪਾਸੇ ਡਿੱਗ ਪੈਂਦਾ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਸ਼ਹਿਦ ਪਿਓਰ ਆ ਇਹਦੇ ਹੋਰ ਬਥੇਰੇ ਤਰੀਕੇ ਆ ਤੁਸੀਂ ਪੇਪਰ ਤੇ ਮੰਨ ਲਓ ਕਾਗਜ਼ ਲੈ ਲਓ ਉਹਦੇ ਉੱਤੇ ਸ਼ਹਿਦ ਇਸ ਤਰ੍ਹਾਂ ਲੇਪ ਕਰੋ ਜੇ ਤਾਂ ਤੁਹਾਡਾ ਕਾਗਜ਼ ਆ ਥੱਲੋਂ ਗਿੱਲਾ ਹੋ ਜਾਂਦਾ ਤਾਂ ਤੁਹਾਡਾ ਸ਼ਹਿਦ ਦਾ ਡੁਪਲੀਕੇਟ ਜੇਕਰ ਸ਼ਹਿਦ ਉਹਦੇ ਉੱਤੇ ਟਿਕਿਆ ਰਹਿੰਦਾ ਤੇ ਕਾਗਜ਼ ਦੂਜੇ ਪਾਸੇ ਸੁੱਕਾ ਰਹਿੰਦਾ ਤਾਂ ਇਹਦਾ ਮਤਲਬ ਹੈ ਤੁਹਾਡਾ ਸ਼ਹਿਦ ਅਸਲੀ ਹੈ ਇਹਦੇ ਹੋਰ ਬਹੁਤ ਸਾਰੇ ਤਰੀਕੇ ਆ ਜਿਨ੍ਹਾਂ ਨਾਲ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹ ਦੇਖੋ ਵੀ ਸ਼ਹਿਦ ਲੈ ਲਿਆ ਤੁਸੀਂ ਸ਼ਹਿਦ ਤੁਹਾਡਾ ਮੰਨ ਲਓ ਅਸੀਂ ਕਿਸੇ ਮੰਨ ਲਓ ਪ੍ਰੋਫੈਸ਼ਨਲ ਬੰਦੇ ਤੋਂ ਸ਼ਹਿਦ ਖਰੀਦ ਲਿਆ ਜਾਂ ਕਿਸੇ ਮੱਖੀਆਂ ਵਾਲੇ ਤੋਂ ਸ਼ਹਿਦ ਖਰੀਦ ਲਿਆ ਸ਼ਹਿਦ ਜੰਮਣ ਨੂੰ ਕਦੇ ਉਹਦਾ ਨਕਲੀ ਸ਼ਹਿਦ ਨਹੀਂ ਗਿਣਨਾ ਜੰਮਣਾ ਸ਼ਹਿਦ ਦਾ ਇੱਕ ਕੁਦਰਤੀ ਗੁਣਾ ਹੈ ਸ਼ਹਿਦ ਜੰਮ ਸਕਦਾ ਹੈ ਪਰ ਜਾਂ ਤਾਂ ਤੁਹਾਡਾ ਸ਼ਹਿਦ ਹੈ ਜਿਹੜਾ ਪੂਰੇ ਦਾ ਪੂਰਾ ਜੰਮ ਜੇ ਤਾਂ ਉਹ ਤੁਹਾਡਾ ਸ਼ਾਇਦ ਸਹੀ ਆ ਜਦੋਂ ਸ਼ਹਿਦ ਦੇ ਵਿੱਚ ਧਾਰਾਆਂ ਬਣ ਜਾਂਦੀਆਂ ਥੋੜਾ ਜਿਹਾ ਜੰਮ ਜਾਂਦਾ ਥੋੜਾ ਜਿਹਾ ਰਹਿ ਜਾਂਦਾ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਅਡਲਟਰੇਸ਼ਨ ਹੈਗੀ ਆ ਠੀਕ ਆ ਮੰਨ ਲਓ ਹੋਰ ਵੀ ਬਥੇਰੇ ਤਰੀਕੇ ਜਿਸ ਨਾਲ ਅਸੀਂ ਸ਼ਹਿਦ ਨੂੰ ਕੱਪੜੇ ਤੇ ਡੋਲ ਕੇ ਚਿੱਟਾ ਕੱਪੜਾ ਲੈ ਲਓ ਉਹਨੂੰ ਸ਼ਹਿਦ ਦੇ ਵਿੱਚ ਡਬੋ ਦਿਓ ਬਾਅਦ ਵਿੱਚ ਪਾਣੀ ਨਾਲ ਧੋ ਜੇ ਤਾਂ ਉਹਦੇ ਵਿੱਚ ਕੋਈ ਖੰਡ ਜਾਂ ਕੋਈ ਮਿਕਸਿੰਗ ਹੋਈ ਤਾਂ ਉਸ ਚੀਜ਼ ਦਾ ਦਾਗ ਹੈ ਜਿਹੜਾ ਉਹ ਕੱਪੜੇ ਤੇ ਆਊਗਾ ਜੇਕਰ ਤੁਹਾਡਾ ਸ਼ਹਿਦ ਹੈ ਜਿਹੜਾ ਸੁੱਧਾ ਹੈ ਤਾਂ ਉਹ ਕੱਪੜੇ ਨੂੰ ਜਦੋਂ ਧੋਵੋਗੇ ਤਾਂ ਬਿਲਕੁਲ ਸਾਫ਼ ਹੋ ਜਾਊਗਾ ਉਹ ਮੰਨ ਲਓ ਉਹਦੇ ਤੇ ਕੋਈ ਦਾਗ ਨਹੀਂ ਪਊਗਾ ਇਹ ਸ਼ੁੱਧਤਾ ਦੀ ਨਿਸ਼ਾਨੀ ਹੋਊਗੀ ਸ਼ਹਿਦ ਦੀ ਜੀ ਇਹਦੇ ਜਿਹੜੇ ਮੋਟੇ ਜਿਹੇ ਮੈਥਡ ਆ ਉਹ ਤੁਹਾਨੂੰ ਦੱਸ ਦਿੰਨੇ ਆ ਵੀ ਇਹਦੇ ਬਹੁਤ ਸਾਰੇ ਤਰੀਕੇ ਜਿਹੜਾ ਅਸੀਂ ਨਕਲੀ ਤੇ ਅਸਲੀ ਸ਼ਹਿਦ ਦੀ ਪਰਖ ਜਿਹੜੀ ਕਰ ਸਕਦੇ ਆ ਪਹਿਲੀ ਗੱਲ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲਓ ਕੰਚ ਦੇ ਗਲਾਸ ਦੇ ਵਿੱਚ ਪਾਣੀ ਭਰ ਲਓ ਚਮਚੇ ਦੀ ਪਿਛਲੀ ਡੰਡੀ ਤੇ ਥੋੜੀ ਜੀ ਬੂੰਦ ਸ਼ਹਿਦ ਦੀ ਚੜਾ ਲਓ ਜੇਕਰ ਤਾਂ ਤੁਹਾਡਾ ਸ਼ਹਿਦ ਆ ਅਸਲੀ ਤਾਂ ਹਲਕੀ ਜੀ ਤਾਰ ਬਣਾਉਂਦਾ ਤਾਂਬੇ ਦੀ ਤਾਰ ਬਣਾਉਂਦਾ ਮੰਨ ਲਓ ਗਰਮੀ ਦੇ ਮਹੀਨੇ ਦੇ ਵਿੱਚ ਗੋਲ ਕੁੰਡਲ ਮਾਰਦਾ ਤੇ ਸਰਦੀ ਦੇ ਵਿੱਚ ਇਸ ਤਰ੍ਹਾਂ ਤੈ ਮਾਰਦਾ ਥੱਲੇ ਬੈਠ ਜੂਗਾ ਜਿਹੜਾ ਮੰਨ ਲਓ ਤੁਸੀਂ ਸ਼ਹਿਦ ਨੂੰ ਉਹ ਪਾਣੀ ਨੂੰ 5 ਤੋਂ 10 ਜਾਂ 15 ਮਿੰਟ ਪਿਆ ਰਹਿਣ ਦਿਓ ਜੇਕਰ ਤਾਂ ਸ਼ਹਿਦ ਦਾ ਜਿਹੜਾ ਟੇਸਟ ਹੈ ਉਹ ਸੇਮ ਰਹਿੰਦਾ ਫੇਰ ਤਾਂ ਇਹ ਮੰਨ ਲਓ ਵੀ ਤੁਹਾਡਾ ਸ਼ਹਿਦ ਆ ਜਿਹੜਾ ਮੰਨ ਲਓ ਸਹੀ ਹੈ ਜੇ ਪਾਣੀ ਦਾ ਟੇਸਟ ਸੇਮ ਰਹਿੰਦਾ ਜੇ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਪਾਣੀ ਨੂੰ ਮਿੱਠਾ ਕਰ ਦਿੰਦਾ ਤਾਂ ਉਹ ਤੁਹਾਡਾ ਸ਼ਹਿਦ ਨਕਲੀ ਹੈ ਇਹਦਾ ਹੋਰ ਬਥੇਰੇ ਤਰੀਕੇ ਆ ਇੱਕ ਮਾਚਸ ਦੀ ਤਿਲੀ ਲੈ ਲਓ ਉਹਨੂੰ ਕਿਸੇ ਪਾਣੀ ਦੇ ਗਲਾਸ ਵਿੱਚ ਇਸ ਤਰ੍ਹਾਂ ਦੋ ਵਾਰੀ ਡਿਪ ਕਰੋ ਪਿਓ ਤੇ ਉਹਨੂੰ ਅੱਗ ਲਾ ਦਿਓ ਉਹ ਨਹੀਂ ਜਗੂਗੀ ਸ਼ਹਿਦ ਦੇ ਵਿੱਚ ਉਹਨੂੰ 15 ਤੋਂ 20 ਵਾਰੀ ਡਿਪ ਕਰੋ ਇਸ ਤਰ੍ਹਾਂ ਉਹਨੂੰ ਸਤੀਲੀ ਲੈ ਕੇ ਸ਼ਹਿਦ ਦੇ ਵਿੱਚ ਪਾਓ ਤੇ ਉਹਨੂੰ ਫਿਰ ਜਗਾਓ ਜੇ ਤੁਸੀਂ ਮੰਨ ਲਓ ਤੁਹਾਡੀ ਸਤੀਲੀ ਆ ਜਿਹੜੀ ਹੂ ਹੂ ਜਗਦੀ ਹੈ ਤੇ ਸ਼ਹਿਦ ਪਾਸੇ ਡਿੱਗ ਪੈਂਦਾ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਸ਼ਹਿਦ ਪਿਓਰ ਆ ਇਹਦੇ ਹੋਰ ਬਥੇਰੇ ਤਰੀਕੇ ਆ ਤੁਸੀਂ ਪੇਪਰ ਤੇ ਮੰਨ ਲਓ ਕਾਗਜ਼ ਲੈ ਲਓ ਉਹਦੇ ਉੱਤੇ ਸ਼ਹਿਦ ਇਸ ਤਰ੍ਹਾਂ ਲੇਪ ਕਰੋ ਜੇ ਤਾਂ ਤੁਹਾਡਾ ਕਾਗਜ਼ ਆ ਥੱਲੋਂ ਗਿੱਲਾ ਹੋ ਜਾਂਦਾ ਤਾਂ ਤੁਹਾਡਾ ਸ਼ਹਿਦ ਦਾ ਡੁਪਲੀਕੇਟ ਜੇਕਰ ਸ਼ਹਿਦ ਉਹਦੇ ਉੱਤੇ ਟਿਕਿਆ ਰਹਿੰਦਾ ਤੇ ਕਾਗਜ਼ ਦੂਜੇ ਪਾਸੇ ਸੁੱਕਾ ਰਹਿੰਦਾ ਤਾਂ ਇਹਦਾ ਮਤਲਬ ਹੈ ਤੁਹਾਡਾ ਸ਼ਹਿਦ ਅਸਲੀ ਹੈ ਇਹਦੇ ਹੋਰ ਬਹੁਤ ਸਾਰੇ ਤਰੀਕੇ ਆ ਜਿਨ੍ਹਾਂ ਨਾਲ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹ ਦੇਖੋ ਵੀ ਸ਼ਹਿਦ ਲੈ ਲਿਆ ਤੁਸੀਂ ਸ਼ਹਿਦ ਤੁਹਾਡਾ ਮੰਨ ਲਓ ਅਸੀਂ ਕਿਸੇ ਮੰਨ ਲਓ ਪ੍ਰੋਫੈਸ਼ਨਲ ਬੰਦੇ ਤੋਂ ਸ਼ਹਿਦ ਖਰੀਦ ਲਿਆ ਜਾਂ ਕਿਸੇ ਮੱਖੀਆਂ ਵਾਲੇ ਤੋਂ ਸ਼ਹਿਦ ਖਰੀਦ ਲਿਆ ਸ਼ਹਿਦ ਜੰਮਣ ਨੂੰ ਕਦੇ ਉਹਦਾ ਨਕਲੀ ਸ਼ਹਿਦ ਨਹੀਂ ਗਿਣਨਾ ਜੰਮਣਾ ਸ਼ਹਿਦ ਦਾ ਇੱਕ ਕੁਦਰਤੀ ਗੁਣਾ ਹੈ ਸ਼हद ਜੰਮ ਸਕਦਾ ਹੈ ਪਰ ਜਾਂ ਤਾਂ ਤੁਹਾਡਾ ਸ਼ਹਿਦ ਹੈ ਜਿਹੜਾ ਪੂਰੇ ਦਾ ਪੂਰਾ ਜੰਮ ਜੇ ਤਾਂ ਉਹ ਤੁਹਾਡਾ ਸ਼ਹਿਦ ਸਹੀ ਹੈ ਜਦੋਂ ਸ਼ਹਿਦ ਦੇ ਵਿੱਚ ਧਾਰਾਆਂ ਹੀ ਬਣ ਜਾਂਦੀਆਂ ਥੋੜਾ ਜੰਮ ਜਾਂਦਾ ਥੋੜਾ ਜਿਹਾ ਰਹਿ ਜਾਂਦਾ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਅਡਲਟਰੇਸ਼ਨ ਹੈਗੀ ਹੈ ਠੀਕ ਹੈ ਮੰਨ ਲਓ ਹੋਰ ਵੀ ਬਥੇਰੇ ਤਰੀਕੇ ਜਿਸ ਨਾਲ ਅਸੀਂ ਸ਼ਹਿਦ ਨੂੰ ਕੱਪੜੇ ਤੇ ਡੋਲ ਕੇ ਚਿੱਟਾ ਕੱਪੜਾ ਲੈ ਲਓ ਉਹਨੂੰ ਸ਼ਹਿਦ ਦੇ ਵਿੱਚ ਡਬੋ ਦਿਓ ਬਾਅਦ ਵਿੱਚ ਪਾਣੀ ਨਾਲ ਧੋ ਜੇ ਤਾਂ ਉਹਦੇ ਤੇ ਕੋਈ ਖੰਡ ਜਾਂ ਕੋਈ ਮੈਕਸਿੰਗ ਹੋਈ ਤਾਂ ਉਸ ਚੀਜ਼ ਦਾ ਦਾਗ ਹੈ ਜਿਹੜਾ ਉਹ ਕੱਪੜੇ ਤੇ ਆਊਗਾ ਜੇਕਰ ਤੁਹਾਡਾ ਸ਼ਹਿਦ ਹੈ ਜਿਹੜਾ ਸੁੱਧ ਹੈ ਤਾਂ ਉਹ ਕੱਪੜੇ ਨੂੰ ਜਦੋਂ ਧੋਵੋਗੇ ਤਾਂ ਬਿਲਕੁਲ ਸਾਫ਼ ਹੋ ਜਾਊਗਾ ਉਹ ਮੰਨ ਲਓ ਉਹਦੇ ਤੇ ਕੋਈ ਦਾਗ ਨਹੀਂ ਪਊਗਾ ਇਹ ਸ਼ੁੱਧਤਾ ਦੀ ਨਿਸ਼ਾਨੀ ਹੋਊਗੀ ਸ਼ਹਿਦ ਦੀ ਇਹਦੇ ਜਿਹੜੇ ਮੋਟੇ ਜਿਹੇ ਮੈਥਡ ਆ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਇਹਦੇ ਬਹੁਤ ਸਾਰੇ ਤਰੀਕੇ ਜਿਹੜਾ ਅਸੀਂ ਨਕਲੀ ਤੇ ਅਸਲੀ ਸ਼ਹਿਦ ਦੀ ਪਰਖ ਜਿਹੜੀ ਕਰ ਸਕਦੇ ਆ ਪਹਿਲੀ ਗੱਲ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲਓ ਕੰਚ ਦੇ ਗਲਾਸ ਦੇ ਵਿੱਚ ਪਾਣੀ ਭਰ ਲਓ ਚਮਚੇ ਦੀ ਪਿਛਲੀ ਡੰਡੀ ਤੇ ਥੋੜੀ ਜੀ ਬੂੰਦ ਸ਼ਹਿਦ ਦੀ ਚੜਾ ਲਓ ਜੇਕਰ ਤਾਂ ਤੁਹਾਡਾ ਸ਼ਹਿਦ ਆਸਲੀ ਤਾਂ ਹਲਕੀ ਜੀ ਤਾਰ ਬਣਾਉਂਦਾ ਤਾਂਬੇ ਦੀ ਤਾਰ ਬਣਾਉਂਦਾ ਮੰਨ ਲਓ ਗਰਮੀ ਦੇ ਮਹੀਨੇ ਦੇ ਵਿੱਚ ਗੋਲ ਕੁੰਡਲ ਮਾਰਦਾ ਤੇ ਸਰਦੀ ਦੇ ਵਿੱਚ ਇਸ ਤਰ੍ਹਾਂ ਤੈ ਮਾਰਦਾ ਥੱਲੇ ਬੈਠ ਜੂਗਾ ਜਿਹੜਾ ਮੰਨ ਲਓ ਤੁਸੀਂ ਸ਼ਹਿਦ ਨੂੰ ਉਹ ਪਾਣੀ ਨੂੰ 5 ਤੋਂ 10 ਜਾਂ 15 ਮਿੰਟ ਪਿਆ ਰਹਿਣ ਦਿਓ ਜੇਕਰ ਤਾਂ ਸ਼ਹਿਦ ਦਾ ਜਿਹੜਾ ਟੇਸਟ ਹੈ ਉਹ ਸੇਮ ਰਹਿੰਦਾ ਫਿਰ ਤਾਂ ਇਹ ਮੰਨ ਲਓ ਵੀ ਤੁਹਾਡਾ ਸ਼ਹਿਦ ਆ ਜਿਹੜਾ ਮੰਨ ਲਓ ਸਹੀ ਹੈ ਜੇ ਪਾਣੀ ਦਾ ਟੇਸਟ ਸੇਮ ਰਹਿੰਦਾ ਜੇ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਪਾਣੀ ਨੂੰ ਮਿੱਠਾ ਕਰ ਦਿੰਦਾ ਤਾਂ ਉਹ ਤੁਹਾਡਾ ਸ਼ਹਿਦ ਨਕਲੀ ਹੈ ਇਹਦਾ ਹੋਰ ਬਥੇਰੇ ਤਰੀਕੇ ਆ ਇੱਕ ਮਾਚਸ ਦੀ ਤੀਲੀ ਲੈ ਲਓ ਉਹਨੂੰ ਕਿਸੇ ਪਾਣੀ ਦੇ ਗਲਾਸ ਵਿੱਚ ਇਸ ਤਰ੍ਹਾਂ ਦੋ ਵਾਰੀ ਡਿਪ ਕਰੋ ਭਿਓ ਤੇ ਉਹਨੂੰ ਅੱਗ ਲਾ ਦਿਓ ਉਹ ਨਹੀਂ ਜਗੂਗੀ ਸ਼ਹਿਦ ਦੇ ਵਿੱਚ ਉਹਨੂੰ 15 ਤੋਂ 20 ਵਾਰੀ ਡਿਪ ਕਰੋ ਇਸ ਤਰ੍ਹਾਂ ਉਹਨੂੰ ਤੀਲੀ ਲੈ ਕੇ ਸ਼ਹਿਦ ਦੇ ਵਿੱਚ ਪਾਓ ਤੇ ਉਹਨੂੰ ਫਿਰ ਜਗਾਓ ਜੇ ਤੁਸੀਂ ਮੰਨ ਲਓ ਤੁਹਾਡੀ ਤੀਲੀ ਹੈ ਜਿਹੜੀ ਹੂ ਹੂ ਜਗਦੀ ਹੈ ਤੇ ਸ਼ਹਿਦ ਪਾਸੇ ਡਿਗ ਪੈਂਦਾ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਸ਼ਹਿਦ ਪ्योर ਹੈ ਇਹਦੇ ਹੋਰ ਬਥੇਰੇ ਤਰੀਕੇ ਆ ਤੁਸੀਂ ਪੇਪਰ ਤੇ ਮੰਨ ਲਓ ਕਾਗਜ਼ ਲੈ ਲਓ ਉਹਦੇ ਉੱਤੇ ਸ਼ਹਿਦ ਇਸ ਤਰ੍ਹਾਂ ਲੇਪ ਕਰੋ ਜੇ ਤਾਂ ਤੁਹਾਡਾ ਕਾਗਜ਼ ਆ ਥੱਲੋਂ ਗਿੱਲਾ ਹੋ ਜਾਂਦਾ ਤਾਂ ਤੁਹਾਡਾ ਸ਼ਹਿਦ ਦਾ ਡੁਪਲੀਕੇਟ ਜੇਕਰ ਸ਼ਹਿਦ ਉਹਦੇ ਉੱਤੇ ਟਿਕਿਆ ਰਹਿੰਦਾ ਤੇ ਕਾਗਜ਼ ਦੂਜੇ ਪਾਸੇ ਸੁੱਕਾ ਰਹਿੰਦਾ ਤੇ ਇਹਦਾ ਮਤਲਬ ਆ ਤੁਹਾਡਾ ਸ਼ਹਿਦ ਅਸਲੀ ਆ ਇਹਦੇ ਹੋਰ ਬਹੁਤ ਸਾਰੇ ਤਰੀਕੇ ਆ ਜਿਨ੍ਹਾਂ ਨਾਲ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹ ਦੇਖੋ ਵੀ ਸ਼ਹਿਦ ਲੈ ਲਿਆ ਤੁਸੀਂ ਸ਼ਹਿਦ ਤੁਹਾਡਾ ਮੰਨ ਲਓ ਅਸੀਂ ਕਿਸੇ ਮੰਨ ਲਓ ਪ੍ਰੋਫੈਸ਼ਨਲ ਬੰਦੇ ਤੋਂ ਸ਼ਹਿਦ ਖਰੀਦ ਲਿਆ ਜਾਂ ਕਿਸੇ ਮੱਖੀਆਂ ਵਾਲੇ ਤੋਂ ਸ਼ਹਿਦ ਖਰੀਦ ਲਿਆ ਸ਼ਹਿਦ ਜੰਮਣ ਨੂੰ ਕਦੇ ਉਹਦਾ ਨਕਲੀ ਸ਼ਹਿਦ ਨਹੀਂ ਗਿਣਨਾ ਜੰਮਣਾ ਸ਼ਹਿਦ ਦਾ ਇੱਕ ਕੁਦਰਤੀ ਗੁਣਾ ਹੈ ਸ਼ਹਿਦ ਜੰਮ ਸਕਦਾ ਹੈ ਪਰ ਜਾਂ ਤਾਂ ਤੁਹਾਡਾ ਸ਼ਹਿਦ ਹੈ ਜਿਹੜਾ ਪੂਰੇ ਦਾ ਪੂਰਾ ਜੰਮ ਜੇ ਤਾਂ ਉਹ ਤੁਹਾਡਾ ਸ਼ਹਿਦ ਸਹੀ ਹੈ ਜਦੋਂ ਸ਼ਹਿਦ ਦੇ ਵਿੱਚ ਧਾਰਾਈਆਂ ਬਣ ਜਾਂਦੀਆਂ ਥੋੜਾ ਜਿਹਾ ਜੰਮ ਜਾਂਦਾ ਥੋੜਾ ਜਿਹਾ ਰਹਿ ਜਾਂਦਾ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਅਡਲਟਰੇਸ਼ਨ ਹੈਗੀ ਹੈ ਠੀਕ ਹੈ ਮੰলো ਹੋਰ ਵੀ ਬਥੇਰੇ ਤਰੀਕੇ ਜਿਸ ਨਾਲ ਅਸੀਂ ਸ਼ਹਿਦ ਨੂੰ ਕੱਪੜੇ ਤੇ ਡੋਲ ਕੇ ਚਿੱਟਾ ਕੱਪੜਾ ਲੈ ਲਓ ਉਹਨੂੰ ਸ਼ਹਿਦ ਦੇ ਵਿੱਚ ਡਬੋ ਦਿਓ ਬਾਅਦ ਚ ਪਾਣੀ ਨਾਲ ਧੋ ਜੇ ਤਾਂ ਉਹਦੇ ਤੇ ਕੋਈ ਖੰਡ ਜਾਂ ਕੋਈ ਮੈਕਸਿੰਗ ਹੋਈ ਤਾਂ ਉਸ ਚੀਜ਼ ਦਾ ਦਾਗ ਹੈ ਜਿਹੜਾ ਉਹ ਕੱਪੜੇ ਤੇ ਆਊਗਾ ਜੇਕਰ ਤੁਹਾਡਾ ਸ਼ਹਿਦ ਹੈ ਜਿਹੜਾ ਸੁੱਧਾ ਹੈ ਤਾਂ ਉਹ ਕੱਪੜੇ ਨੂੰ ਜਦੋਂ ਧੋਵੋਗੇ ਤਾਂ ਬਿਲਕੁਲ ਸਾਫ਼ ਹੋ ਜਾਊਗਾ ਉਹ ਮੰਨ ਲੋ ਉਹਦੇ ਤੇ ਕੋਈ ਦਾਗ ਨਹੀਂ ਪਊਗਾ ਇਹ ਸ਼ੁੱਧਤਾ ਦੀ ਨਿਸ਼ਾਨੀ ਹੋਊਗੀ ਸ਼ਹਿਦ ਦੀ ਇਹਦੇ ਜਿਹੜੇ ਮੋٹے ਜਿਹੇ ਮੈਥਡ ਆ ਉਹ ਤੁਹਾਨੂੰ ਦੱਸ ਦਿੰਨੇ ਆ ਪੀ ਇਹਦੇ ਬਹੁਤ ਸਾਰੇ ਤਰੀਕੇ ਜਿਹੜਾ ਅਸੀਂ ਨਕਲੀ ਤੇ ਅਸਲੀ ਸ਼ਹਿਦ ਦੀ ਪਰਖ ਜਿਹੜੀ ਕਰ ਸਕਦੇ ਆ ਪਹਿਲੀ ਗੱਲ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲਓ ਕੰਚ ਦੇ ਗਲਾਸ ਦੇ ਵਿੱਚ ਪਾਣੀ ਭਰ ਲਓ ਚਮਚੇ ਦੀ ਪਿਛਲੀ ਡੰਡੀ ਤੇ ਥੋੜੀ ਜੀ ਬੂੰਦ ਸ਼ਹਿਦ ਦੀ ਚੜਾ ਲਓ ਜੇਕਰ ਤਾਂ ਤੁਹਾਡਾ ਸ਼ਹਿਦ ਆ ਅਸਲੀ ਤਾਂ ਹਲਕੀ ਜੀ ਤਾਰ ਬਣਾਉਂਦਾ ਤਾਂਬੇ ਦੀ ਤਾਰ ਬਣਾਉਂਦਾ ਮੰਨ ਲਓ ਗਰਮੀ ਦੇ ਮਹੀਨੇ ਦੇ ਵਿੱਚ ਗੋਲ ਕੁੰਡਲ ਮਾਰਦਾ ਤੇ ਸਰਦੀ ਦੇ ਵਿੱਚ ਇਸ ਤਰ੍ਹਾਂ ਤੈ ਮਾਰਦਾ ਥੱਲੇ ਬੈਠ ਜੂਗਾ ਜਿਹੜਾ ਮੰਨ ਲਓ ਤੁਸੀਂ ਸ਼ਹਿਦ ਨੂੰ ਉਹ ਪਾਣੀ ਨੂੰ 5 ਤੋਂ 10 ਜਾਂ 15 ਮਿੰਟ ਪਿਆ ਰਹਿਣ ਦਿਓ ਜੇਕਰ ਤਾਂ ਸ਼ਹਿਦ ਦਾ ਜਿਹੜਾ ਟੇਸਟ ਹੈ ਉਹ ਸੇਮ ਰਹਿੰਦਾ ਫੇਰ ਤਾਂ ਇਹ ਮੰਨ ਲਓ ਵੀ ਤੁਹਾਡਾ ਸ਼ਹਿਦ ਹੈ ਜਿਹੜਾ ਮੰਨ ਲਓ ਸਹੀ ਹੈ ਜੇ ਪਾਣੀ ਦਾ ਟੇਸਟ ਸੇਮ ਰਹਿੰਦਾ ਜੇ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਪਾਣੀ ਨੂੰ ਮਿੱਠਾ ਕਰ ਦਿੰਦਾ ਤਾਂ ਉਹ ਤੁਹਾਡਾ ਸ਼ਹਿਦ ਨਕਲੀ ਹੈ ਇਹਦਾ ਹੋਰ ਬਥੇਰੇ ਤਰੀਕੇ ਆ ਇੱਕ ਮਾਚਸ ਦੀ ਤੀਲੀ ਲੈ ਲਓ ਉਹਨੂੰ ਕਿਸੇ ਪਾਣੀ ਦੇ ਗਲਾਸ ਵਿੱਚ ਇਸ ਤਰ੍ਹਾਂ ਦੋ ਵਾਰੀ ਡਿਪ ਕਰੋ ਭਿਉ ਤੇ ਉਹਨੂੰ ਅੱਗ ਲਾ ਦਿਓ ਉਹ ਨਹੀਂ ਜਗੂਗੀ ਸ਼ਹਿਦ ਦੇ ਵਿੱਚ ਉਹਨੂੰ 15 ਤੋਂ 20 ਵਾਰੀ ਡਿਪ ਕਰੋ ਇਸ ਤਰ੍ਹਾਂ ਉਹਨੂੰ ਤੇਲੀ ਲੈ ਕੇ ਸ਼ਹਿਦ ਦੇ ਵਿੱਚ ਪਾਓ ਤੇ ਉਹਨੂੰ ਫਿਰ ਜਗਾਓ ਜੇ ਤੁਸੀਂ ਮੰਨ ਲਓ ਤੁਹਾਡੀ ਥੀਲੀ ਆ ਜਿਹੜੀ ਹੂ ਹੂ ਜਗਦੀ ਹੈ ਤੇ ਸ਼ਹਿਦ ਪਾਸੇ ਡਿੱਗ ਪੈਂਦਾ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਸ਼ਹਿਦ ਪਿਓਰ ਆ ਇਹਦੇ ਹੋਰ ਬਥੇਰੇ ਤਰੀਕੇ ਆ ਤੁਸੀਂ ਪੇਪਰ ਤੇ ਮੰਨ ਲਓ ਕਾਗਜ਼ ਲੈ ਲਓ ਉਹਦੇ ਉੱਤੇ ਸ਼ਹਿਦ ਇਸ ਤਰ੍ਹਾਂ ਲੇਪ ਕਰੋ ਜੇ ਤਾਂ ਤੁਹਾਡਾ ਕਾਗਜ਼ ਥੱਲੋਂ ਗਿੱਲਾ ਹੋ ਜਾਂਦਾ ਤਾਂ ਤੁਹਾਡਾ ਸ਼ਹਿਦ ਦਾ ਡੁਪਲੀਕੇਟ ਜੇਕਰ ਸ਼ਹਿਦ ਉਹਦੇ ਉੱਤੇ ਟਿਕਿਆ ਰਹਿੰਦਾ ਤੇ ਕਾਗਜ਼ ਦੂਜੇ ਪਾਸੇ ਸੁੱਕਾ ਰਹਿੰਦਾ ਤਾਂ ਇਹਦਾ ਮਤਲਬ ਹੈ ਤੁਹਾਡਾ ਸ਼ਹਿਦ ਅਸਲੀ ਹੈ ਇਹਦੇ ਹੋਰ ਬਹੁਤ ਸਾਰੇ ਤਰੀਕੇ ਆ ਜਿਨ੍ਹਾਂ ਨਾਲ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹ ਦੇਖੋ ਵੀ ਸ਼ਹਿਦ ਲੈ ਲਿਆ ਤੁਸੀਂ ਸ਼ਹਿਦ ਤੁਹਾਡਾ ਮੰਨ ਲਓ ਅਸੀਂ ਕਿਸੇ ਮੰਨ ਲਓ ਪ੍ਰੋਫੈਸ਼ਨਲ ਬੰਦੇ ਤੋਂ ਸ਼ਹਿਦ ਖਰੀਦ ਲਿਆ ਜਾਂ ਕਿਸੇ ਮੱਖੀਆਂ ਵਾਲੇ ਤੋਂ ਸ਼ਹਿਦ ਖਰੀਦ ਲਿਆ ਸ਼ਹਿਦ ਜੰਮਣ ਨੂੰ ਕਦੇ ਉਹਦਾ ਨਕਲੀ ਸ਼ਹਿਦ ਨਹੀਂ ਗਿਣਨਾ ਜੰਮਣਾ ਸ਼ਹਿਦ ਦਾ ਇੱਕ ਕੁਦਰਤੀ ਗੁਣਾ ਹੈ ਸ਼ਹਿਦ ਜੰਮ ਸਕਦਾ ਹੈ ਪਰ ਜਾਂ ਤਾਂ ਤੁਹਾਡਾ ਸ਼ਹਿਦ ਹੈ ਜਿਹੜਾ ਪੂਰੇ ਦਾ ਪੂਰਾ ਜੰਮ ਜੇ ਤਾਂ ਉਹ ਤੁਹਾਡਾ ਸ਼ਾਇਦ ਸਹੀ ਆ ਜਦੋਂ ਸ਼ਹਿਦ ਦੇ ਵਿੱਚ ਧਾਰਾਆਂ ਬਣ ਜਾਂਦੀਆਂ ਥੋੜਾ ਜਿਹਾ ਜੰਮ ਜਾਂਦਾ ਥੋੜਾ ਜਿਹਾ ਰਹਿ ਜਾਂਦਾ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਅਡਲਟਰੇਸ਼ਨ ਹੈਗੀ ਆ ਠੀਕ ਆ ਮੰਨ ਲਓ ਹੋਰ ਵੀ ਬਥੇਰੇ ਤਰੀਕੇ ਜਿਸ ਨਾਲ ਅਸੀਂ ਸ਼ਹਿਦ ਨੂੰ ਕੱਪੜੇ ਤੇ ਡੋਲ ਕੇ ਚਿੱਟਾ ਕੱਪੜਾ ਲੈ ਲਓ ਉਹਨੂੰ ਸ਼ਹਿਦ ਦੇ ਵਿੱਚ ਡਬੋ ਦਿਓ ਬਾਅਦ ਚ ਪਾਣੀ ਨਾਲ ਧੋ ਜੇ ਤਾਂ ਉਹਦੇ ਵਿੱਚ ਕੋਈ ਖੰਡ ਜਾਂ ਕੋਈ ਮਿਕਸਿੰਗ ਹੋਈ ਤਾਂ ਉਸ ਚੀਜ਼ ਦਾ ਦਾਗ ਆ ਜਿਹੜਾ ਉਹ ਕੱਪੜੇ ਤੇ ਆਊਗਾ ਜੇਕਰ ਤੁਹਾਡਾ ਸ਼ਹਿਦ ਹੈ ਜਿਹੜਾ ਸੁੱਧਾ ਹੈ ਤਾਂ ਉਹ ਕੱਪੜੇ ਨੂੰ ਜਦੋਂ ਧੋਵੋਗੇ ਤਾਂ ਬਿਲਕੁਲ ਸਾਫ਼ ਹੋ ਜਾਊਗਾ ਉਹ ਮੰਨ ਲਓ ਉਹਦੇ ਤੇ ਕੋਈ ਦਾਗ ਨਹੀਂ ਪਊਗਾ ਇਹ ਸ਼ੁੱਧਤਾ ਦੀ ਨਿਸ਼ਾਨੀ ਹੋਊਗੀ ਸ਼ਹਿਦ ਦੀ ਜੀ ਇਹਦੇ ਜਿਹੜੇ ਮੋٹے ਜਿਹੇ ਮੈਥਡ ਆ ਉਹ ਤੁਹਾਨੂੰ ਦੱਸ ਦਿੰਨੇ ਆ ਕਿ ਇਹਦੇ ਬਹੁਤ ਸਾਰੇ ਤਰੀਕੇ ਜਿਹੜਾ ਅਸੀਂ ਨਕਲੀ ਤੇ ਅਸਲੀ ਸ਼ਹਿਦ ਦੀ ਪਰਖ ਜਿਹੜੀ ਕਰ ਸਕਦੇ ਆ ਪਹਿਲੀ ਗੱਲ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲਓ ਕੰਚ ਦੇ ਗਲਾਸ ਦੇ ਵਿੱਚ ਪਾਣੀ ਭਰ ਲਓ ਚਮਚੇ ਦੀ ਪਿਛਲੀ ਡੰਡੀ ਤੇ ਥੋੜੀ ਜੀ ਬੂੰਦ ਸ਼ਹਿਦ ਦੀ ਚੜਾ ਲਓ ਜੇਕਰ ਤਾਂ ਤੁਹਾਡਾ ਸ਼ਹਿਦ ਆ ਅਸਲੀ ਤਾਂ ਹਲਕੀ ਜੀ ਤਾਰ ਬਣਾਉਂਦਾ ਤਾਂਬੇ ਦੀ ਤਾਰ ਬਣਾਉਂਦਾ ਮੰਨ ਲਓ ਗਰਮੀ ਦੇ ਮਹੀਨੇ ਦੇ ਵਿੱਚ ਗੋਲ ਕੁੰਡਲ ਮਾਰਦਾ ਤੇ ਸਰਦੀ ਦੇ ਵਿੱਚ ਇਸ ਤਰ੍ਹਾਂ ਤੈ ਮਾਰਦਾ ਥੱਲੇ ਬੈਠ ਜੂਗਾ ਜਿਹੜਾ ਮੰਨ ਲਓ ਤੁਸੀਂ ਸ਼ਹਿਦ ਨੂੰ ਉਹ ਪਾਣੀ ਨੂੰ 5 ਤੋਂ 10 ਜਾਂ 15 ਮਿੰਟ ਪਿਆ ਰਹਿਣ ਦਿਓ ਜੇਕਰ ਤਾਂ ਸ਼ਹਿਦ ਦਾ ਜਿਹੜਾ ਟੇਸਟ ਹੈ ਉਹ ਸੇਮ ਰਹਿੰਦਾ ਫੇਰ ਤਾਂ ਇਹ ਮੰਨ ਲਓ ਵੀ ਤੁਹਾਡਾ ਸ਼ਹਿਦ ਆ ਜਿਹੜਾ ਮੰਨ ਲਓ ਸਹੀ ਹੈ ਜੇ ਪਾਣੀ ਦਾ ਟੇਸਟ ਸੇਮ ਰਹਿੰਦਾ ਜੇ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਪਾਣੀ ਨੂੰ ਮਿੱਠਾ ਕਰ ਦਿੰਦਾ ਤਾਂ ਉਹ ਤੁਹਾਡਾ ਸ਼ਹਿਦ ਨਕਲੀ ਹੈ ਇਹਦਾ ਹੋਰ ਬਥੇਰੇ ਤਰੀਕੇ ਆ ਇੱਕ ਮਾਚਸ ਦੀ ਤਿਲੀ ਲੈ ਲਓ ਉਹਨੂੰ ਕਿਸੇ ਪਾਣੀ ਦੇ ਗਲਾਸ ਵਿੱਚ ਇਸ ਤਰ੍ਹਾਂ ਦੋ ਵਾਰੀ ਡਿਪ ਕਰੋ ਭਿਓ ਤੇ ਉਹਨੂੰ ਅੱਗ ਲਾ ਦਿਓ ਉਹ ਨਹੀਂ ਜਗੂਗੀ ਸ਼ਹਿਦ ਦੇ ਵਿੱਚ ਉਹਨੂੰ 15 ਤੋਂ 20 ਵਾਰੀ ਡਿਪ ਕਰੋ ਇਸ ਤਰ੍ਹਾਂ ਉਹਨੂੰ ਸਤੀਲੀ ਲੈ ਕੇ ਸ਼ਹਿਦ ਦੇ ਵਿੱਚ ਪਾਓ ਤੇ ਉਹਨੂੰ ਫਿਰ ਜਗਾਓ ਜੇ ਤੁਸੀਂ ਮੰਨ ਲਓ ਤੁਹਾਡੀ ਸਤੀਲੀ ਹੈ ਜਿਹੜੀ ਹੂ ਬੂ ਜਗਦੀ ਹੈ ਤੇ ਸ਼ਹਿਦ ਪਾਸੇ ਡਿੱਗ ਪੈਂਦਾ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਸ਼ਹਿਦ ਪਿਓਰ ਆ ਇਹਦੇ ਹੋਰ ਬਥੇਰੇ ਤਰੀਕੇ ਆ ਤੁਸੀਂ ਪੇਪਰ ਤੇ ਮੰਨ ਲਓ ਕਾਗਜ਼ ਲੈ ਲਓ ਉਹਦੇ ਉੱਤੇ ਸ਼ਹਿਦ ਇਸ ਤਰ੍ਹਾਂ ਲੇਪ ਕਰੋ ਜੇ ਤਾਂ ਤੁਹਾਡਾ ਕਾਗਜ਼ ਆ ਥੱਲੋਂ ਗਿੱਲਾ ਹੋ ਜਾਂਦਾ ਤਾਂ ਤੁਹਾਡਾ ਸ਼ਹਿਦ ਦਾ ਡੁਪਲੀਕੇਟ ਜੇਕਰ ਸ਼ਹਿਦ ਉਹਦੇ ਉੱਤੇ ਟਿਕਿਆ ਰਹਿੰਦਾ ਤੇ ਕਾਗਜ਼ ਦੂਜੇ ਪਾਸੇ ਸੁੱਕਾ ਰਹਿੰਦਾ ਤਾਂ ਇਹਦਾ ਮਤਲਬ ਹੈ ਤੁਹਾਡਾ ਸ਼ਹਿਦ ਅਸਲੀ ਹੈ ਇਹਦੇ ਹੋਰ ਬਹੁਤ ਸਾਰੇ ਤਰੀਕੇ ਆ ਜਿਨ੍ਹਾਂ ਨਾਲ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹ ਦੇਖੋ ਵੀ ਸ਼ਹਿਦ ਲੈ ਲਿਆ ਤੁਸੀਂ ਸ਼ਹਿਦ ਤੁਹਾਡਾ ਮੰਨ ਲਓ ਅਸੀਂ ਕਿਸੇ ਮੰਨ ਲਓ ਪ੍ਰੋਫੈਸ਼ਨਲ ਬੰਦੇ ਤੋਂ ਸ਼ਹਿਦ ਖਰੀਦ ਲਿਆ ਜਾਂ ਕਿਸੇ ਮੱਖੀਆਂ ਵਾਲੇ ਤੋਂ ਸ਼ਹਿਦ ਖਰੀਦ ਲਿਆ ਸ਼ਹਿਦ ਜੰਮਣ ਨੂੰ ਕਦੇ ਉਹਦਾ ਨਕਲੀ ਸ਼ਹਿਦ ਨਹੀਂ ਗਿਣਨਾ ਜੰਮਣਾ ਸ਼ਹਿਦ ਦਾ ਇੱਕ ਕੁਦਰਤੀ ਗੁਣਾ ਹੈ ਸ਼हद ਜੰਮ ਸਕਦਾ ਹੈ ਪਰ ਜਾਂ ਤਾਂ ਤੁਹਾਡਾ ਸ਼ਹਿਦ ਹੈ ਜਿਹੜਾ ਪੂਰੇ ਦਾ ਪੂਰਾ ਜੰਮ ਜੇ ਤਾਂ ਉਹ ਤੁਹਾਡਾ ਸ਼ਹਿਦ ਸਹੀ ਹੈ ਜਦੋਂ ਸ਼ਹਿਦ ਦੇ ਵਿੱਚ ਧਾਰਾਆਂ ਬਣ ਜਾਂਦੀਆਂ ਥੋੜਾ ਜਿਹਾ ਜੰਮ ਜਾਂਦਾ ਥੋੜਾ ਜਿਹਾ ਰਹਿ ਜਾਂਦਾ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਅਡਲਟਰੇਸ਼ਨ ਹੈਗੀ ਹੈ ਠੀਕ ਹੈ ਮੰਨ ਲਓ ਹੋਰ ਵੀ ਬਥੇਰੇ ਤਰੀਕੇ ਜਿਸ ਨਾਲ ਅਸੀਂ ਸ਼ਹਿਦ ਨੂੰ ਕੱਪੜੇ ਤੇ ਡੋਲ ਕੇ ਚਿੱਟਾ ਕੱਪੜਾ ਲੈ ਲਓ ਉਹਨੂੰ ਸ਼ਹਿਦ ਦੇ ਵਿੱਚ ਡਬੋ ਦਿਓ ਬਾਅਦ ਵਿੱਚ ਪਾਣੀ ਨਾਲ ਧੋ ਜੇ ਤਾਂ ਉਹਦੇ ਤੇ ਕੋਈ ਖੰਡ ਜਾਂ ਕੋਈ ਮਿਕਸਿੰਗ ਹੋਈ ਤਾਂ ਉਸ ਚੀਜ਼ ਦਾ ਦਾਗ ਹੈ ਜਿਹੜਾ ਉਹ ਕੱਪੜੇ ਤੇ ਆਊਗਾ ਜੇਕਰ ਤੁਹਾਡਾ ਸ਼ਹਿਦ ਹੈ ਜਿਹੜਾ ਸੁੱਧ ਹੈ ਤਾਂ ਉਹ ਕਪੜੇ ਨੂੰ ਜਦੋਂ ਧੋਵੋਗੇ ਤਾਂ ਬਿਲਕੁਲ ਸਾਫ਼ ਹੋ ਜਾਊਗਾ ਉਹ ਮੰਨ ਲਓ ਉਹਦੇ ਤੇ ਕੋਈ ਦਾਗ ਨਹੀਂ ਪਊਗਾ ਇਹ ਸ਼ੁੱਧਤਾ ਦੀ ਨਿਸ਼ਾਨੀ ਹੋਊਗੀ ਸ਼ਹਿਦ ਦੀ ਜੀ ਇਹਦੇ ਜਿਹੜੇ ਮੋਟੇ ਜਿਹੇ ਮੈਥਡ ਆ ਉਹ ਤੁਹਾਨੂੰ ਦੱਸ ਦਿੰਨੇ ਆ ਵੀ ਇਹਦੇ ਬਹੁਤ ਸਾਰੇ ਤਰੀਕੇ ਜਿਹੜਾ ਅਸੀਂ ਨਕਲੀ ਤੇ ਅਸਲੀ ਸ਼ਹਿਦ ਦੀ ਪਰਖ ਜਿਹੜੀ ਕਰ ਸਕਦੇ ਆ ਪਹਿਲੀ ਗੱਲ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਲਓ ਕੱਚ ਦੇ ਗਲਾਸ ਦੇ ਵਿੱਚ ਪਾਣੀ ਭਰ ਲਓ ਚਮਚੇ ਦੀ ਪਿਛਲੀ ਡੰਡੀ ਤੇ ਥੋੜੀ ਜੀ ਬੂੰਦ ਸ਼ਹਿਦ ਦੀ ਚੜਾ ਲਓ ਜੇਕਰ ਤਾਂ ਤੁਹਾਡਾ ਸ਼ਹਿਦ ਆਸਲੀ ਤੋ ਹਲਕੀ ਜੀ ਤਾਰ ਬਣਾਉਂਦਾ ਤਾਂਬੇ ਦੀ ਤਾਰ ਬਣਾਉਂਦਾ ਮੰਨ ਲਓ ਗਰਮੀ ਦੇ ਮਹੀਨੇ ਦੇ ਵਿੱਚ ਗੋਲ ਕੁੰਡਲ ਮਾਰਦਾ ਤੇ ਸਰਦੀ ਦੇ ਵਿੱਚ ਇਸ ਤਰ੍ਹਾਂ ਤੈ ਮਾਰਦਾ ਥੱਲੇ ਬੈਠ ਜੂਗਾ ਜਿਹੜਾ ਮੰਨ ਲਓ ਤੁਸੀਂ ਸ਼ਹਿਦ ਨੂੰ ਉਹ ਪਾਣੀ ਨੂੰ 5 ਤੋਂ 10 ਜਾਂ 15 ਮਿੰਟ ਪਿਆ ਰਹਿਣ ਦਿਓ ਜੇਕਰ ਤਾਂ ਸ਼ਹਿਦ ਦਾ ਜਿਹੜਾ ਟੇਸਟ ਹੈ ਉਹ ਸੇਮ ਰਹਿੰਦਾ ਫੇਰ ਤਾਂ ਇਹ ਮੰਨ ਲਓ ਵੀ ਤੁਹਾਡਾ ਸ਼ਹਿਦ ਆ ਜਿਹੜਾ ਮੰਨ ਲਓ ਸਹੀ ਹੈ ਜੇ ਪਾਣੀ ਦਾ ਟੇਸਟ ਸੇਮ ਰਹਿੰਦਾ ਜੇ ਉਹ ਪਾਣੀ ਦੇ ਵਿੱਚ ਘੁਲ ਜਾਂਦਾ ਪਾਣੀ ਨੂੰ ਮਿੱਠਾ ਕਰ ਦਿੰਦਾ ਤਾਂ ਉਹ ਤੁਹਾਡਾ ਸ਼ਹਿਦ ਨਕਲੀ ਹੈ ਇਹਦਾ ਹੋਰ ਬਥੇਰੇ ਤਰੀਕੇ ਆ ਇੱਕ ਮਾਚਸ ਦੀ ਤੀਲੀ ਲੈ ਲਓ ਉਹਨੂੰ ਕਿਸੇ ਪਾਣੀ ਦੇ ਗਲਾਸ ਵਿੱਚ ਇਸ ਤਰ੍ਹਾਂ ਦੋ ਵਾਰੀ ਡਿਪ ਕਰੋ ਭਿਓ ਤੇ ਉਹਨੂੰ ਅੱਗ ਲਾ ਦਿਓ ਉਹ ਨਹੀਂ ਜਗੂਗੀ ਸ਼ਹਿਦ ਦੇ ਵਿੱਚ ਉਹਨੂੰ 15 ਤੋਂ 20 ਵਾਰੀ ਡਿਪ ਕਰੋ ਇਸ ਤਰ੍ਹਾਂ ਉਹਨੂੰ ਤੀਲੀ ਲੈ ਕੇ ਸ਼ਹਿਦ ਦੇ ਵਿੱਚ ਪਾਓ ਤੇ ਉਹਨੂੰ ਫਿਰ ਜਗਾਓ ਜੇ ਤੁਸੀਂ ਮੰਨ ਲਓ ਤੁਹਾਡੀ ਤੀਲੀ ਹੈ ਜਿਹੜੀ ਹੂ ਹੂ ਜਗਦੀ ਹੈ ਤੇ ਸ਼ਹਿਦ ਪਾਸੇ ਡਿਗ ਪੈਂਦਾ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡਾ ਸ਼ਹਿਦ ਪ्योर ਆ ਇਹਦੇ ਹੋਰ ਬਥੇਰੇ ਤਰੀਕੇ ਆ ਤੁਸੀਂ ਪੇਪਰ ਤੇ ਮੰਨ ਲਓ ਕਾਗਜ਼ ਲੈ ਲਓ ਉਹਦੇ ਉੱਤੇ ਸ਼ਹਿਦ ਇਸ ਤਰ੍ਹਾਂ ਲੇਪ ਕਰੋ ਜੇ ਤਾਂ ਤੁਹਾਡਾ ਕਾਗਜ਼ ਆ ਥੱਲੋਂ ਗਿੱਲਾ ਹੋ ਜਾਂਦਾ ਤਾਂ ਤੁਹਾਡਾ ਸ਼ਹਿਦ ਦਾ ਡੁਪਲੀਕੇਟ ਜੇਕਰ ਸ਼ਹਿਦ ਉਹਦੇ ਉੱਤੇ ਟਿਕਿਆ ਰਹਿੰਦਾ ਤੇ ਕਾਗਜ਼ ਦੂਜੇ ਪਾਸੇ ਸੁੱਕਾ ਰਹਿੰਦਾ ਤਾਂ ਇਹਦਾ ਮਤਲਬ ਆ ਤੁਹਾਡਾ ਸ਼ਹਿਦ ਅਸਲੀ ਆ ਇਹਦੇ ਹੋਰ ਬਹੁਤ ਸਾਰੇ ਤਰੀਕੇ ਆ ਜਿਨ੍ਹਾਂ ਨਾਲ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਤੁਸੀਂ ਇਹ ਦੇਖੋ ਵੀ ਸ਼ਹਿਦ ਲੈ ਲਿਆ ਤੁਸੀਂ ਸ਼ਹਿਦ ਤੁਹਾਡਾ ਮੰਨ ਲਓ ਅਸੀਂ ਕਿਸੇ ਮੰ ਲੋ ਪ੍ਰੋਫੈਸ਼ਨਲ ਬੰਦੇ ਤੋਂ ਸ਼ਹਿਦ ਖਰੀਦ ਲਿਆ ਜਾਂ ਕਿਸੇ ਮੱਖੀਆਂ ਵਾਲੇ ਤੋਂ ਸ਼ਹਿਦ ਖਰੀਦ ਲਿਆ ਸ਼ਹਿਦ ਜੰਮਣ ਨੂੰ ਕਦੇ ਉਹਦਾ ਨਕਲੀ ਸ਼ਹਿਦ ਨਹੀਂ ਗਿਣਨਾ ਜੰਮਣਾ ਸ਼ਹਿਦ ਦਾ ਇੱਕ ਕੁਦਰਤੀ ਗੁਣਾ ਹੈ ਸ਼ਹਿਦ ਜੰਮ ਸਕਦਾ ਹੈ ਪਰ ਜਾਂ ਤਾਂ ਤੁਹਾਡਾ ਸ਼ਹਿਦ ਹੈ ਜਿਹੜਾ ਪੂਰੇ ਦਾ ਪੂਰਾ ਜੰਮ ਜੇ ਤਾਂ ਉਹ ਤੁਹਾਡਾ ਸ਼ਹਿਦ ਸਹੀ ਹੈ ਜਦੋਂ ਸ਼ਹਿਦ ਦੇ ਵਿੱਚ ਧਾਰਾਆਂ ਹੀ ਬਣ ਜਾਂਦੀਆਂ ਥੋੜਾ ਜਿਹਾ ਜੰਮ ਜਾਂਦਾ ਥੋੜਾ ਜਿਹਾ ਰਹਿ ਜਾਂਦਾ ਇਹਦਾ ਮਤਲਬ ਉੱਥੇ ਕੋਈ ਨਾ ਕੋਈ ਅਡਲਟਰੇਸ਼ਨ ਹੈਗੀ ਹੈ ਠੀਕ ਹੈ ਮਨ ਲਓ ਹੋਰ ਵੀ ਬਥੇਰੇ ਤਰੀਕੇ ਜਿਸ ਨਾਲ ਅਸੀਂ ਸ਼ਹਿਦ ਨੂੰ ਕੱਪੜੇ ਤੇ ਡੋਲ ਕੇ ਚਿੱਟਾ ਕੱਪੜਾ ਲੈ ਲਓ ਉਹਨੂੰ ਸ਼ਹਿਦ ਦੇ ਵਿੱਚ ਡਬੋ ਦਿਓ ਬਾਅਦ ਚ ਪਾਣੀ ਨਾਲ ਧੋ ਜੇ ਤਾਂ ਉਹਦੇ ਤੇ ਕੋਈ ਖੰਡ ਜਾਂ ਕੋਈ ਮਿਕਸਿੰਗ ਹੋਈ ਤਾਂ ਉਸ ਚੀਜ਼ ਦਾ ਦਾਗ ਹੈ ਜਿਹੜਾ ਉਹ ਕੱਪੜੇ ਤੇ ਆਊਗਾ ਜੇਕਰ ਤੁਹਾਡਾ ਸ਼ਹਿਦ ਹੈ ਜਿਹੜਾ ਸੁੱਧਾ ਹੈ ਤਾਂ ਉਹ ਕੱਪੜੇ ਨੂੰ ਜਦੋਂ ਧੋਓਗੇ ਤਾਂ ਬਿਲਕੁਲ ਸਾਫ਼ ਹੋ ਜਾਊਗਾ ਉਹ ਮਨ ਲਓ ਉਹਦੇ ਤੇ ਕੋਈ ਦਾਗ ਨਹੀਂ ਪਊਗਾ ਇਹ ਸ਼ੁੱਧਤਾ ਦੀ ਨਿਸ਼ਾਨੀ ਹੋਊਗੀ ਸ਼ਹਿਦ ਦੀ ਜੀ